ਤੇ ਜਦੋਂ ਮੈਂ ਕਹਾਣੀਆਂ ਸੁਣਦਾ ਲਵਲੀ ਪਰ ਜਿਹੜੀਆਂ ਪੀੜਾਂ ਮੈਂ ਦੱਸਣ ਲੱਗਿਆ ਉਹ ਸੁਣ ਲਈ ਘਨ ਖੋਲ ਕੇ ਜਿਹੜੀਆਂ ਮੁਸਲਮਾਨ ਪਰਿਵਾਰਾਂ ਦੇ ਕਬਜ਼ੇ ਵਿੱਚ ਸਿੱਖ ਧੀਆਂ ਸੀ ਉਹ ਵੀ ਪ੍ਰੈਗਨੈਂਟ ਹੋ ਚੁੱਕੀਆਂ ਸੀ ਜਿਹੜੀਆਂ ਮੁਸਲਮ ਪਰਿਵਾਰਾਂ ਦੇ ਧੀਆਂ ਸੀ ਉਹ ਸਿੱਖ ਘਰਾਂ ਦੇ ਵਿੱਚ ਪ੍ਰੈਗਨੈਂਟ ਹੋ ਚੁੱਕੀਆਂ ਸੀ ਜਦੋਂ ਲੱਭ ਕੇ ਉਹਨਾਂ ਨੂੰ ਬਾਰਡਰ ਤੇ ਲਿਆਉਂਦੇ ਸੀ ਤੇ ਉਹਦੇ ਅਨਾਉਂਸਮੈਂਟ ਕਰਦੇ ਸੀ ਬਰਕਤੇ ਬਾਬਲ ਰਾਇਤ ਅਲੀ ਤੀ ਸਾਹਮਣੇ ਖਲੋਤੀ ਹੈ ਮਾ ਤੇ ਬਾਪ ਉਹਦਾ ਵਧਿਆ ਪੇਟ ਵੇਖ ਕੇ ਇਨਕਾਰ ਕਰ ਰਹੇ ਨੇ ਸਾਡੀ ਧੀ ਨਹੀਂ। ਹੋਏ ਹੋਏ। ਉਹ ਰੋ ਰਹੀ ਕੁੜਲਾਰੀ ਡੱਟਾ ਮਾਰ ਰਹੀ ਏ ਚੀਕ ਰਹੀ ਏ। ਤੂੰ ਸੋਚ ਜਰਾ ਯਾਰ ਉਹ ਕਿਦਾਂ ਕਿਹੜਾ ਕਿੰਨਾ ਭਾਰ ਲੈ ਕੇ ਪਰਤੀਆਂ ਹੁਣ ਗਿਆ। ਉਹਨਾਂ ਥਾਵਾਂ ਨੂੰ ਜਿੱਥੇ ਰਹਿਣਾ ਸੀ ਚੌਂ। ਜਿੰਨੇ ਵੀ ਪੰਜਾਬ ਦੇ ਵੱਟ ਬਲਕੇ ਦੁਨੀਆ ਦੇ ਜਿੰਨੇ ਵੀ ਐਸੇ ਲੋਕ ਹੋਏ ਨੇ ਵਾਰਿਸ ਸ਼ਾਹ, ਬਾਬਾ ਬੁੱੱਲੇ ਸ਼ਾਹ ਜਿਨ੍ਹਾਂ ਨੇ ਕਵਿਤਾ ਰਾਹੀਂ ਲਿਖਿਆ ਸ਼ਾਇਰੀ ਨੂੰ ਇੱਕ ਹੋਰ ਆਪਣਾ ਰਾਸਤਾ ਬਣਾਇਆ। ਇਹ ਰੱਬ ਦੇ ਨੇੜੇ ਨਹੀਂ ਹੁੰਦੇ। ਹੂੰ ਹੂੰ। ਇਹ ਨਿੱਕੇ ਨਿੱਕੇ ਰੱਬ ਹੁੰਦੇ ਆ। ਬਾਬਾ ਬੁੱੱਲੇ ਸ਼ਾਹ ਨਿੱਕਾ ਜਿਹਾ ਰੱਬ ਸੀ। ਸ਼ਾਹ ਹੁਸੈਨ ਨਿੱਕਾ ਜਿਹਾ ਰੱਬ ਸੀ। ਬਾਬਾ ਵਾਰਿਸ ਨਿੱਕਾ ਜਿਹਾ ਰੱਬ ਸੀ। ਕਾਦਰ ਯਾਰ ਨਿੱਕਾ ਜਿਹਾ ਰੱਬ ਸੀ। ਫਜ਼ਲ ਸ਼ਾਹ ਨਿੱਕਾ ਜਿਹਾ ਰੱਬ ਸੀ। ਮੀਆਂ ਮੁਹੰਮਦ ਬਖਸ਼ ਸਾਹਿਬ ਨਿੱਕੇ ਜਿਹਾ ਰੱਬ ਨੇ। ਰੱਬ ਸੰਕਲਪ ਹੈ। ਕਨਸੈਪਟ ਹੈ। ਫਰੀਦ ਮੇਰੇ ਮੱਥੇ 'ਚ ਬੈਠਾ ਕਬੀਰ ਮੇਰੇ ਮੋਟੇ ਤੇ ਬੈਠਾ ਗੁਰਨਾਨਕ ਪਾਤਸ਼ਾਹ ਸਵੇਰੇ ਤੜਕਸਰ ਅਸਾਦੀ ਵਾਰ ਦੇ ਵਿੱਚ ਮੇਰੇ ਉਤੇ ਚਪੇੜਾ ਮਾਰਦਾ ਕਰਦਾ ਕੀ ਫਿਰਦਾ ਨਾਵਣ ਚੱਲੇ ਤੀਰਥੀ ਮਨ ਖੋਟੇ ਤੰਜੋਰ ਰਵਿਦਾਸ ਮੈਨੂੰ ਬੇਗਮਪੁਰਬ ਸੌਣ ਲਈ ਰੋਜ਼ ਕਹਿੰਦਾ ਮੀਆਂ ਮਾਂ ਬਖਸ਼ ਰੋਜ਼ ਮੈਨੂੰ ਸਮਝਾਉਂਦੇ ਨੇ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਤੁਸੀਂ ਆਪਣੇ ਪਿੰਡ ਨਹੀਂ ਜਾ ਸਕੀਏ ਤੁਸੀਂ ਨਨਕਾਣਾ ਸਾਹਿਬ ਨਹੀਂ ਜਾ ਸਕੀਏ ਤੁਹਾਨੂੰ ਬੰਦਿਸ਼ਾਂ ਨੇ ਜਿਹੜਾ ਹੈ ਉਹ ਰੋਕ ਦਿੱਤਾ ਹੈ ਮਿੱਤਰ ਮੇਰੇ ਖੰਭਾਂ 'ਤੇ ਰस्सियां ਬੰਨ੍ਹ ਕੇ ਤੁਸੀਂ ਮੇਰੇ ਸੁਪਨੇ ਉੱਡਣ ਤੋਂ ਰੋਕ ਨਹੀਂ ਸਕਦੇ ਤੈਨੂੰ ਕੀ ਪਤਾ ਮੈਂ ਸਵੇਰ ਦਾ ਕਿੰਨੀ ਵਾਰ ਨਰਕੰਨ ਸਾਹਿਬ ਜਾਇਆ ਹਾਂ ਹਾਏ ਹਾਏ ਕਿੰਨੀ ਵਾਰ ਜਾ ਕੇ ਮੈਂ ਭਾਈ ਦਇਆ ਸਿੰਘ ਨੂੰ ਵਾਹ ਜਲਵਕੜੀ ਪਾ ਚੁੱਕਿਆ ਹਾਂ ਕੀ ਬਾਤ ਤੈਨੂੰ ਕੀ ਪਤਾ ਮੈਂ ਕੇਹਰਾ ਸਾਹਿਬ ਕਿੰਨੀ ਵਾਰ ਜਾਇਆ ਬਾ ਲੀਲਾ ਕਿੰਨੀ ਵਾਰ ਜਾਇਆ ਹਾਏ ਹਾਏ ਤੈਨੂੰ ਕਿੱਥਾ ਦੱਸਾਂ ਕਿ ਮੈਂ ਭਾਈ ਲక్ష్మణ ਸਿੰਘ ਨਾਲ ਗੱਲਾਂ ਵੀ ਕਰ ਆਇਆ ਹਾਏ ਹਾਏ ਜੱਟ ਥੱਲੇ ਬੈਠ ਕੇ ਕੀ ਬਾਤ ਤੈਨੂੰ ਕਿੱਥਾ ਦੱਸਾਂ ਕਿ ਭਾਈ ਦਲੀਪ ਸਿੰਘ ਮੈਨੂੰ ਕੀ ਕਹਿੰਦਾ ਸੀ ਕਿੱਥੇ ਗੋਰਾ ਰਹਿ ਜਾਂਦਾ ਆਪਾਂ ਬਹੁਤੀ ਤਰੱਕੀ ਨਹੀਂ ਕਰ ਲੈਣੀ ਸੀ ਨਹੀਂ ਕਿਣਕਾ ਮਾਤਰ ਵੀ ਨਹੀਂ ਸੀ ਹੋਣੀ ਸਿਰਫ ਇੰਨਾ ਹੀ ਫਰਕ ਪਿਆ ਕਿ ਅਸੀਂ ਆਜ਼ਾਦੀ ਨੂੰ ਮੰਨਣ ਲੱਗ ਗਏ ਅਸੀਂ ਆਜ਼ਾਦੀ ਨੂੰ ਜਾਣਿਆ ਨਹੀਂ ਇੰਡੀਆ ਤੇ ਪਾਕਿਸਤਾਨ ਫ੍ਰੀ ਹੋਏ ਨੇ ਇੰਡੀਪੈਂਡੈਂਟ ਨਹੀਂ ਹੋਏ ਸਾਡੀ ਅਜ ਵੀ ਡਿਪੈਂਡੈਂਸ ਹੋਰ ਨਾਲ ਤੇ ਹੈ ਗੁਰਮਾਨਗਪਾਦਸ਼ਾਹ ਵੇਲੇ ਦੀ ਧਰਮ ਸਾਲ ਸੀ ਉਹ ਚਾਰ ਪਾਵਿਆਂ ਤੇ ਡਿਪੈਂਡੈਂਸੀ ਪੁਸਤਕ ਸਾਲ ਚਿਕਿਤ ਸਾਲ ਪਾਠ ਸਾਲ ਤੇ ਧਰਮ ਸਾਲ ਇਚੋਂ ਪਾਵੇਂ ਤੇ ਮੱਝਾ ਡੈਂਦਾ ਹਾਂਜੀ ਧਰਮ ਦੇ ਮੰਜੇ ਨੂੰ ਤੁਸੀਂ ਤਿੰਨਾ ਪਾਵੇਂ ਵਾਲਾ ਮੰਜਾ ਨਹੀਂ ਬਣਾ ਸਕਦੇ ਮੇਰਾ ਸਵਾਲ ਤਾਂ ਇਹ ਆ ਕਿ 364 ਸਾਨੂੰ ਕਿਉਂ ਭੁੱਲ ਜਾਂਦਾ ਕਿ ਇਸ ਆਜ਼ਾਦੀ ਦੀ ਕੀਮਤ ਸਾਨੂੰ ਤਾਰਨੀ ਚਾਹੀਦੀ ਹੈ ਜਦੋਂ ਕੇਲਾ ਛੁਲ ਕੇ ਛਿਲਕਾ ਕਾਰ ਦੇ ਵਿੱਚੋਂ ਬਾਹਰ ਮਾਰਦੇ ਆ ਸਾਨੂੰ ਪਤਾ ਨਹੀਂ ਲੱਗਦਾ ਵਤਨ ਸਾਡਾ ਜਿਦੋਂ ਕੂੜੇ ਦਾ ਢੇਰ ਆਪਾਂ ਆਪਣੇ ਘਰ ਦੇ ਬਾਹਰ ਲਾ ਦਿੰਦੇ ਆ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ ਕਿਰਤਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ਖੇਤਾਂ ਨੂੰ ਵੋਂਦਾ ਬੀਜਦਾ ਤੇ ਆਪ ਪਾਲਣ ਹਾਰ ਹੈ ਜਪਦਾਨ ਇਕੱਲੇ ਨਾਮ ਨੂੰ ਹੱਥੀਂ ਵੀ ਕਰਦਾ ਕਰ ਹੈ ਗਰਜ਼ਮੰਦਾ ਵੰਡ ਦਾਨ ਦਾ ਭੰਡਾਰਾ ਵੇਖਿਆ ਆਹ ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਜੀ ਇੱਕ ਗੱਲ ਦੱਸੂ ਕਿ ਜਦੋਂ ਇੱਕ ਸ਼ਾਇਰ ਦੇ ਉੱਪਰ ਜਾਂ ਇੱਕ ਲਖਾਰੀ ਦੇ ਉੱਪਰ ਐ ਚੀਜ਼ ਨਾਜ਼ਲ ਹੁੰਦੀ ਹੈ ਐ ਮੈਂ ਤੁਹਾਡੀ ਸ਼ੇਰੋ ਸ਼ਾਇਰੀ ਕਰਕੇ ਸਵਾਲ ਪੁੱਛ ਰਹੇ ਹਾਂ ਨਾਜ਼ਲ ਹੁੰਦੀ ਹੈ ਜਾਂ ਤੁਹਾਨੂੰ ਸੋਚ ਕੇ ਐ ਚੀਜ਼ ਲਿਖਣੀ ਪੈਂਦੀ ਹੈ ਨਹੀਂ ਦੋਵੇਂ ਗੱਲਾਂ ਹੁੰਦੀਆਂ ਹਮ ਨਾਜ਼ਿਲ ਹੋਣ ਤੋਂ ਬਾਅਦ ਵੀ ਸੋਚਣਾ ਪੈਂਦਾ ਅੱਛਾ ਨਾਜ਼ਿਲ ਹੋਣ ਤੋਂ ਬਾਅਦ ਵੀ ਸੋਚਣਾ ਪੈਂਦਾ ਜਿਵੇਂ ਮੇਰੀ ਇੱਕ ਨਜ਼ਮ ਹੈ ਹਮ ਮੈਂ ਤੁਹਾਨੂੰ ਦੱਸਾਂ ਜੀ ਕਰਨੀ ਚਾਹਾਂਗਾ ਜੀ ਜ਼ਰੂਰ ਜ਼ਰੂਰ ਉਹ ਮੈਂ 2010 ਦੇ ਵਿੱਚ ਲਿਖੀ ਜੀ ਜਦੋਂ ਮੈਂ ਸਮਝ ਲਓ ਕਿ ਨਿਊਯਾਰਕ ਤੋਂ ਜਾ ਰਿਹਾ ਸਾਂ ਹਮ ਸਨ ਫਰਾਂਸਿਸਕੋ ਆ ਰਿਹਾ ਸਾਂ ਹਮ ਜਿਹੜਾ ਕਿਤਾਬ ਪਸਾਉ ਦੀ ਲੰਘਿਆ ਡਾਕੂਮੈਂਟ ਹੈ ਜੀ ਜੀ ਉਹਨੂੰ ਰਿਲੀਜ਼ ਕਰ ਰਏ ਸੀ ਅਸੀਂ ਜਰਸੀ ਸਿਟੀ ਦੇ ਵਿੱਚ 2010 ਦੀ ਗੱਲ ਕਰ 2010 ਦੀ ਗੱਲ ਕਰ ਕੀ ਬਾਤ ਹੈ ਉਹ ਜਿਹੜਾ ਯੂਨਾਈਟਿਡ ਸਿੱਖ ਮਿਸ਼ਨ ਵਾਲੇ ਨੇ ਹਾਇਰ ਕੀਤਾ ਸੀ ਇੱਕ ਬੰਦਾ ਜohn Mcranal ਯੂਐਸ ਦਾ ਜੀ ਉਹ ਵੀ ਸਾਡੇ ਨਾਲ ਸੀ ਸਹੀ ਹਰਵਿੰਦਰ ਰਿਆੜ ਮੇਰੇ ਦੋਸਤ ਸੀਗੇ ਰਿਸ਼ਪਾਲ ਸਿੰਘ ਢੀਂਟਸਾ ਸੀਗੇ ਜਿਹੜੇ ਯੂਨਾਈਟਿਡ ਸਿੱਖ ਮਿਸ਼ਨ ਦੇ ਰੂਹੀ ਰਵਾਨ ਨੇ ਤੇ ਮੇਰੇ ਮਨ 'ਚ ਆਇਆ ਕਿ ਮਨਾ ਗੁਰਾਂ ਦੇ ਪਾਸੇ ਤਾਂ ਉਹ ਤੇ ਇਹਦਾ ਕੰਮ 2 ਕਿਲੋ ਕੰਪਰੈਸ਼ਨ ਚ ਬੈਠੇ ਕਰ ਰਹੇ ਨੇ ਤੂੰ ਕੀ ਕਰ ਰਿਹਾ ਹੂੰ ਹੂੰ ਮੈਂ ਉਹ ਸੋਚਦੇ ਸੋਚਦੇ ਜਹਾਜ਼ ਦੇ ਵਿੱਚ ਫਲਾਈਟ ਲੰਬੀ ਸੀ ਤੇ ਮੈਂ ਇੱਕ ਸੀਨ ਚਿਤਵੇ ਹੂੰ ਹੂੰ ਉਹ ਸੀਨ ਨੂੰ ਮੈਂ ਆਤਮਸਾਥ ਕੀਤਾ ਹੂੰ ਹੂੰ ਕਿਉਂਕਿ ਮੈਂ ਅਕਸਰ ਬਚਪਨ ਤੋਂ ਲੈ ਕੇ ਹੂੰ ਹੂੰ ਥੈਰਾਪੀ ਸਰ 12-13 ਕਿਲੋਮੀਟਰ ਦੇ ਬਪਾ ਬਣਾਉਂ ਤੋ ਸਾਈਕਲਾਂ ਚੱਲ ਜਾਂਦੀ ਹੁੰਦੀ ਸੀ ਹਾਂਜੀ ਜਿੱਦਣ ਕਿਤੇ ਮੀਂਹ ਪੈਣਾ ਤੇ ਤੁਰ ਪੈਣਾ ਸਾਈਕਲ ਚੱਕ ਕੇ ਪੀਤ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਚਲਣਾ ਵਾਹ ਵਾਹ ਅਸੀਂ ਦਰਬਾਰ ਸਾਹਿਬ ਡੇਰਾ ਨਾ ਬਾਬਾ ਨਾਨਕ ਦੇ ਗੁੰਬਦ ਤੇ ਚੜ ਜਾ ਕਰਨਾ ਤੇ ਨਿੰਬਲ ਆਕਾਸ਼ ਦੇ ਵਿੱਚ ਦੀ ਅਸੀਂ ਸਹੀ ਦਰਸ਼ਨ ਕਰਿਆ ਕਰਨੇ 4.5 ਕਿਲੋਮੀਟਰ ਸਾਰੇ ਉੱਥੋਂ ਪੈਣਾ ਹਾਂਜੀ ਹਾਂਜੀ ਬਿਲਕੁਲ ਇਹ ਨਹੀਂ ਤੇ ਕਈ ਵਾਰੀ ਹੁੰਦਾ ਸੀ ਕਿ ਸੌਣ ਦੇ ਮਹੀਨੇ ਜਦੋਂ ਸਰ ਸਰਕੜਾ ਤੇ ਦਬ ਬਹੁਤ ਉੱਚੀ ਹੁੰਦੀ ਹੈ ਹਾਂਜੀ ਤੇ ਸਾਨੂੰ ਲੱਗਣਾ ਵੀ ਇਹ ਵੈਰੀ ਖੜੇ ਨੇ ਵਿਚਕਾਰ ਜਿਹੜੇ ਸਾਡੇ ਵਿਜਨ ਨੂੰ ਰੋਕਦੇ ਆ ਹੋਏ ਹੋਏ ਜਦੋਂ ਕਾ ਵੱਡੇ ਜਾ ਕਰਨਾ ਸਾਰਾ ਸਰਕਲੇ ਵੱਡੇ ਜਾ ਕਰਨੇ ਸਿਆਲ ਦੇ ਵਿੱਚ ਆ ਕੇ ਫਿਰ ਕਿਤੇ ਜਾ ਕੇ ਫਿਰ ਤੁੰਤ ਤੁੰਦਾ ਦੁਸ਼ਮਣ ਲੱਗਣ ਲੱਗ ਜਾਣੀ ਆ ਹਾਂ ਬਹੁਤ ਸੋਹਣੀ ਗੱਲ ਉਹ ਸੀਨ ਚ ਇਤੇ ਕਰਕੇ ਤੇ ਮੈਂ ਉਹ ਗੀਤ ਲਿਖਿਆ ਵਾ ਵਾ ਉਹ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ ਜੀ ਜ਼ਰੂਰ ਜ਼ਰੂਰ ਇਸ ਗੀਤ ਦੀ ਖੂਬਸੂਰਤੀ ਵੀ 13 ਬੰਦ ਨੇ ਇਹਦੇ ਹੂੰ ਤੇ ਪੰਜਾਬ ਦੇ ਵਿੱਚ ਇੱਕ ਮੇਰਾ ਦੋਸਤ ਹੈ ਦਿਲਬਖ ਸਿੰਘ ਹੰਦਰ ਤਰਨਤਾਰਨ ਤੋਂ ਜੀ ਜੀ ਉਹਦੇ 13 ਸਿੰਗਰ ਤੋਂ ਗਾਇਆ ਹੈ ਵਾਹ ਜੀ ਜਿਹਦੇ ਸੁਰਿੰਦਰ ਸਿੰਧਾ ਵੀ ਹੈ ਤਸਵੀਰ ਜੱਸੀ ਵੀ ਹੈ ਕੀ ਬਾਤ ਪਾਲੀ ਦੇਤਵਾਲੀਆ ਵੀ ਹੈ ਹਾਂ ਹਾਂ ਸਰਜੀਤ ਭੁੱਲਰ ਵੀ ਹੈ ਵਾਹ ਪ੍ਰੇਮ ਸਿੰਘ ਸਿੰਘਪੁਰੀਆ ਵੀ ਹੈ ਜਿਹਦੇ ਵਿੱਚ ਸਾਰੇ ਨਾਮਵਰ ਸਿੰਗਰ ਜਿਹੜੇ ਨੇ ਉਹਨਾਂ ਨੇ ਉਹਦੇ ਵਿੱਚ ਇੱਕ ਇੱਕ ਬੰਦ ਗਾਇਆ ਸਾਰਿਆਂ ਨੇ ਉਹ ਵੀ ਤੁਹਾਨੂੰ ਪੇਟਾਂਗਾ ਮੈਂ ਜੀ ਜ਼ਰੂਰ ਕਿ ਪੰਜ ਸਤਿਆ ਪਰਤ ਕੇ ਨਾਨਕ ਪਿਆਰਾ ਵੇਖਿਆ ਵਾਹ ਜੀ ਵਾਹ ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ਵਾਹ ਵਾਹ ਖੇਤਾਂ ਨੂੰ ਵੋਂਦਾ ਬੀਜਦਾ ਤੇ ਆਪ ਪਾਲਣਹਾਰ ਹੈ ਜਪਦਾਨ ਕੱਲੇ ਨਾਮ ਨੂੰ ਹੱਥੇ ਵੀ ਕਰਦਾ ਕਰ ਹੈ ਗਰਜ਼ਮੰਦਾ ਵੰਡ ਦਾਨ ਦਾ ਭੰਡਾਰਾ ਵੇਖਿਆ ਆਹ ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ਕੀ ਬਾਤ ਕੱਟ ਦਾ ਸਿਆੜ ਫੇਰ ਖੁਦ ਰੂਹਾਂ ਚ ਬਾੜੀ ਕੇਰਦਾ ਆਹ ਮਾਲਾਨਾ ਕੱਲੀ ਕੁੰਮ ਦੀ ਮਨ ਦੇ ਵੀ ਬਣ ਕੇ ਫੇਰਦਾ ਵਾਹ ਜੀ ਵਾਹ ਜੀ ਰਾਵੀ ਦੇ ਕੰਢੇ ਵਰਤ ਦਾ ਅਦੁੱਪਤ ਨਜ਼ਾਰਾ ਵੇਖਿਆ ਆਹ ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ਨਿਸ਼ਕਾਮ ਨਿਰਸ਼ਲ ਨੀਰ ਨੂੰ ਅੰਗਤ ਬਣਾਇਆ ਲੈਣਿਓ ਵਾਹ ਸੇਵਾ ਹੈ ਦਮ ਮੌਲਦੀ ਕੀ ਬਾਤ ਮਿਲਦਾ ਬਿਨਾ ਕੁਝ ਕਹਿਣਿਓ ਬਿਨ ਬੋਲਿਆ ਸਭ ਜਾਣਦਾ ਐਸਾ ਪਿਆਰਾ ਵੇਖਿਆ ਵਾਹ ਕਿਰਤਾ ਕਰਤਾਰ ਪਰ ਵਖਰੇ ਨਜ਼ਾਰਾ ਵੇਖਿਆ ਵਾਹ ਜੀ ਵਾਹ ਜੀ ਕਿ ਪੰਜ ਸਦੀਆਂ ਬਾਅਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ ਆਹੋ ਛੇੜ ਤਨਸੁਰ ਲਾਹੀ ਹੁਣ ਕੋਈ ਸੁਭਾ ਸ਼ਾਮ ਨੂੰ ਸੁਰਤ ਦਾ ਤਾਈਆਂ ਦਾ ਪੈਂਦਾ ਖਿਦਾਰਾ ਵੇਖਿਆ ਕਿਰਤਾ ਕਰਤਾ ਪਰ ਵਖਰੇ ਨਜ਼ਾਰਾ ਵੇਖਿਆ ਕੀ ਬਾਜੀ ਕੀ ਬਾਤ ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁੰ ਰਬਾਬ ਨੂੰ ਆਹਾ ਤਾਈਓ ਸਿਉਕ ਲੱਗ ਗਈ ਬਾਬਾ ਮੇਰੇ ਪੰਜਾਬ ਨੂੰ ਆਹਾ ਰੂਹਾਂ ਨੂੰ ਚੀਰੀ ਜਾ ਰਿਹਾ ਪਟਕਣ ਦਾ ਹਾਰਾ ਵੇਖਿਆ ਕਿਰਤਾ ਕਰਤਾ ਪਰ ਵਖਰੇ ਨਜ਼ਾਰਾ ਵੇਖਿਆ ਵਾਹ 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 ਦੇ ਦੇ ਪੰਜਾਲੀ ਬੋਲ ਦਾ ਨੂੰ ਬਾਬਾ ਲਾਉਂਦਾ ਜੋਤਰਾ ਆਹਾ ਉਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੁੱਤਰਾ ਵਾਹ ਜੀ ਇੱਕ ਹੀ ਓੰਕਾਰ ਦਾ ਨੂਰੀ ਦਦਾਰਾ ਵੇਖਿਆ ਵਾਹ ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ ਹਾਂ ਹਾਂ ਬੇਂਚ ਉਜਰੇ ਸ਼ਬਦ ਦਾ ਪੀੜਾਂ ਚ ਚਿਹਰਾ ਖੋ ਗਿਆ ਹਾਂ ਹਾਂ ਅੰਨੀ ਰૈયਤ ਪੜਕਦੀ ਖੁਰਦਾ ਕਿਨਾਰਾ ਵੇਖਿਆ ਕਿਰਦਾ ਕਰਦਾ ਕਿਰਦਾ ਕਿਤਾਬ ਵੱਖਰਾ ਨਜ਼ਾਰਾ ਵੇਖਿਆ ਸਾਡੇ ਉਥੇ ਬਟਾਲੇ ਨਾ ਬਾਬੇ ਦਾ ਵਿਆਹ ਮਨਾਇਆ ਜਾਂਦਾ ਸਵਾਗਤ ਹਾਂ ਜੀ ਜੀ ਬਿਲਕੁਲ ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ ਹੂੰ ਚੜਦੀ ਬਰਾਤ ਕੂਟ ਦੀ ਬੱਦਲ ਸਿਆਸੀ ਗੱਜ ਦੇ ਬੜੀਆ ਸਿਆਸੀ ਕਾਨਫਰੰਸਾਂ ਹੁੰਦੀਆਂ ਪੇਕੇ ਸੁਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ ਆਹ ਕਿਰਤਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ਵਾਹ ਜੀ ਪੌਣ ਗੁਰ ਪਾਣੀ ਪਿਤਾ ਤਰਤੀਨ ਮਾਤਾ ਕਹਿ ਗਿਆ ਤੇਜ਼ ਰਫਤਾਰੇ ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ ਕਹਿਰ ਦਾ ਤਾਈਆਂ ਜਿੰਨੇ ਚੜ ਦਾ ਸਤਾਰਾ ਵੇਖਿਆ ਕਿਰਤ ਦਾ ਕਰਤਾਰਪੁਰ ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ਆਹ ਇਹ ਅੱਜ ਦੇ ਪਖੰਡੀਆਂ ਨੂੰ ਕਿ ਸਿੱਧਾ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ ਸਿੱਧਾ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ ਅੱਜ ਵੀ ਅਚਲ ਬਟਾਲਾ ਛੱਡ ਕੇ ਥਾਂ ਥਾਂ ਚਲਾਉਂਦੇ ਹਟ ਗਏ ਆਹਾ ਪਰਮਾ ਦਾ ਭਾਂਡਾ ਪਰ ਗਿਆ ਗੋਸ਼ਟ ਵਿਚਾਰਾ ਰਹਿ ਗਿਆ ਆਹਾ ਸਿੱਧਾ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ ਅਚਲ ਬਟਾਲਾ ਛੱਡ ਕੇ ਥਾਂ ਥਾਂ ਚਲਾਉਂਦੇ ਹਟ ਗਏ ਪਰਮਾ ਦਾ ਭਾਂਡਾ ਪਰ ਗਿਆ ਗੋਸ਼ਟ ਵਿਚਾਰਾ ਵੇਖਿਆ ਕਿਰਤਦਾ ਕਰਤਾ ਪਰ ਵੱਖਰਾ ਨਜ਼ਾਰਾ ਵੇਖਿਆ ਹਾਲੇ ਬੰਦਾ ਕੰਦਾਰੀ ਵਲੀ ਦਾ ਹੰਕਾਰ ਨਹੀਂ ਟੁੱਟਿਆ ਹਾਂ ਹਾਲੇ ਵਲੀ ਕੰਦਾਰੀ ਦਾ ਹੰਕਾਰ ਹਾਲੇ ਕੰਦਾਰੀ ਵਲੀ ਦਾ ਹੰਕਾਰ ਨਹੀਂ ਟੁੱਟਿਆ ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁਟਿਆ ਓਏ ਹੋਏ 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 ਤਰਕ ਦੀ ਛਾਤੀ ਤੇ ਮੁਰ ਪੱਥਰ ਮੈਂ ਪਾਰਾ ਵੇਖਿਆ ਕੀ ਬਾਤ ਕਿਰਤਦਾ ਕਰਤਾ ਪਰ ਵੱਖਰਾ ਕਿਰਤਦਾ ਕਰਤਾ ਪਰ ਵੱਖਰਾ ਨਜ਼ਾਰਾ ਵੇਖਿਆ ਮਲਕ ਭਾਵੋ ਭਾਗੋ ਅੱਜ ਵੀ ਉਹਨਾਂ ਹੀ ਜਿਹੜਾ ਬੋਲਦਾ ਆਹਹ ਤਕੜੀ ਵਾਲਾ ਵੀ ਮੋਦੀ ਘੱਟ ਸੌਦਾ ਤੋਲਦਾ ਕੀ ਬਾਤ ਕੀ ਉੱਡਦਾ ਅੰਬਰ ਚ ਮੈਂ ਫੂਕੀ ਗੁਬਾਰਾ ਵੇਖਿਆ ਆਹਹ ਕਿਰਤ ਦਾ ਕਰਤਾਰਪੁਰ ਵਕਰਾ ਨਜ਼ਾਰਾ ਜਪਜੀ ਦੀ ਸਿਰਜਣ ਭੂਮ ਦੇ ਨੀਚੇ ਤੇ ਨਿਰੰਤਰ ਡੰਗ ਦੇ ਆਹਹ ਤਾਈਓਂ ਹੀ ਤੇਰੇ ਪੁੱਤ ਨੇ ਰਾਵੀ ਤੋਂ ਲਾਂਗਾ ਮੰਗਦੇ ਆਹਹ ਇਹ ਪ੍ਰਮਾਤਮਾ ਦੀ ਬਖਸ਼ਿਸ਼ ਕੇ ਦੋਹਾਂ ਹਕੂਮਤਾਂ ਨੇ ਬਹੁਤ ਚੰਗਾ ਕੰਮ ਕੀਤਾ ਕਿ ਗੁਨਾਨੰਦ ਪਾਤਸ਼ਾਹ ਦੇ ਦਰ ਜਾਣ ਨੂੰ ਸੀ ਸਿਕਾਉਣ ਨੂੰ ਸਾਨੂੰ ਮੌਕਾ ਮਿਲ ਗਿਆ। ਚਾ ਬਾਤ। ਪਰ ਇਹ ਮੈਂ ਕਿਉਂ 2010 ਚ ਲਿਖੀ ਸੀ? ਹਾਂਜੀ। ਉਦੋਂ ਇਹੀ ਲਿਖਿਆ ਸੀ। ਭਾਵੇਂ 70 ਹੁਣ ਮੈਂ ਤਬਦੀਲ ਕਰ ਲਈ ਹੈ। ਹੁਣ ਮੈਂ ਇਹਨੂੰ ਇਸ ਤਰ੍ਹਾਂ ਕੀਤਾ ਹੋਇਆ ਕਿ ਜਪਜੀ ਦੀ ਸਰਜਣ ਪੂਮ ਦੇ ਚੇਤੇ ਨਿਰੰਤਰ ਡੰਗਦੇ। ਤਾਈਓ ਇਸ ਤੇਰੇ ਪੁੱਤ ਸੀ ਰਵੀ ਤੁ ਲੰਘਾ ਮੰਗਦੇ। ਆਹ 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 ਆਹ। ਪੂਰੀ ਕਰੀਅਰ ਅਰਦਾਸ ਤੋਂ। ਉੱਥੇ ਸੀ ਪਹਿਲਾਂ ਇਹ ਸੀ ਕਿ ਪੂਰੀ ਕਰੀਅਰ ਅਰਦਾਸ ਤੋਂ। ਹੁਣ ਮੈਂ ਲਿਖਦਾ ਕਿ ਪੂਰੀ ਕਰੀਅਰ ਅਰਦਾਸ ਤੋਂ। ਤੇਰਾ ਸਹਾਰਾ ਵੇਖਿਆ ਵਾਹ ਜੀ ਵਾਹ ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੱਖਰਾ ਨਜ਼ਾਰਾ ਵੇਖਿਆ ਬਹੁਤ ਸੋਹਣੀ ਪੇਸ਼ਕਾਰੀ ਅੱਛਾ ਤੁਸੀਂ ਹੁਣ ਥੋੜਾ ਬਹੁਤ ਆਪਣੇ ਬਾਰੇ ਅਗਰ ਦੱਸ ਦੋ ਕਿਉਂਕਿ ਤੁਹਾਡੇ ਗੀਤ ਜਿਹੜੇ ਨੇ ਵੱਡੇ ਵੱਡੇ ਸਿੰਗਰਾਂ ਨੇ ਗਾਏ ਅਬੂਮਨ ਜਿਹੜਾ ਗਾਉਣ ਵਾਲਾ ਹੁੰਦਾ ਹੈ ਉਹਦਾ ਨਾਮ ਤੇ ਸਾਹਮਣੇ ਆ ਜਾਂਦਾ ਹੈ ਲੇਕਿਨ ਜਿਹੜਾ ਲਿਖਾਰੀ ਹੁੰਦਾ ਹੈ ਉਹਦਾ ਨਾਮ ਸਾਹਮਣੇ ਨਹੀਂ ਆਂਦਾ ਮੈਨੂੰ ਇਹ ਦੱਸੋ ਕਿ ਤੁਸੀਂ ਤੁਹਾਡੀ ਐਜੂਕੇਸ਼ਨ ਬਾਰੇ ਤਾਲੀਮ ਬਾਰੇ ਔਰ ਤੁਸੀਂ ਫਿਰ ਕਿਸ ਮੁਕਾਮ ਤੇ ਫਾਇਜ਼ ਹੋ ਜ਼ਰਾ ਉਹ ਵੀ ਸਾਰੀਆਂ ਗੱਲਾਂ ਬਤਾ ਦੋ ਮੈਂ ਅਸਲ ਵਿੱਚ लवली ਆਪਣੇ ਗੀਤ ਚ ਨਾ ਕਰੇ ਦਿੱਤਾ ਆਪਣਾ ਵਾਹ ਕਿਸੇ ਵੀ ਗੀਤ ਚ ਮੇਰਾ ਨਾਮ ਹੈ ਨਹੀਂ ਕੀ ਬਾਤ ਉਹ ਕਾਰਨ ਵਾਏ ਕਿ ਮੈਨੂੰ ਇੰਜ ਲੱਗਦਾ ਹੁੰਦਾ ਕਿ ਯਾਰ ਇਹ ਗੀਤਾਂ ਲੋਕ ਲੋਕਾਂ ਦੀਆਂ ਤੇ ਗੱਲਾਂ ਜਿਹੜੀਆਂ ਮੈਂ ਲਿਖੀਆਂ ਹੂੰ ਹੂੰ ਤੇ ਮੇਰਾ ਨਾਮ ਕਿਹੜੀ ਗੱਲ ਦਾ ਵਾਹ ਵਾਹ ਤੇ ਬਾਕੀ ਗੱਲ ਰਹੀ ਐਜੂਕੇਸ਼ਨ ਦੀ ਮੈਂ ਪ੍ਰਾਇਮਰੀ ਸਕੂਲ ਆਪਣੇ ਪਿੰਡੋਂ ਕੀਤਾ ਸੀ ਸੰਤਕੋਟ ਤੋਂ ਹੀ ਹਾਈ ਸਕੂਲ ਮੈਂ ਆਪਣੇ ਨਾਲ ਦਾ ਪਿੰਡ ਧਿਆਨਪੁਰ ਉਥੋਂ ਕੀਤਾ ਸੀ ਜੀ ਫਿਰ ਸਾਡੇ ਪਿੰਡ ਦੇ ਨਾਲ ਹੀ ਕਾਲਜ ਖੁੱਲ ਗਿਆ ਸੀ ਗੁਰਨਾਨ ਨੰਦ ਕਾਲਜ ਕਾਲਾ ਅਫਗਾਨਾ ਹੂੰ ਹੂੰ ਫਤਿਹਗੜ ਚੂੜੀਆਂ ਰੋਡ ਤੇ ਆ ਬਟਾਲੇ ਤੋਂ ਫਤਿਹਗੜ ਚੂੜੀਆਂ ਦੀ ਸੜਕ ਤੇ ਉਥੋਂ ਮੈਂ ਤਾਂ ਸਵਿੰਨ ਤੋਂ ਬਾਅਦ 11ਵੀਂ 12ਵੀਂ ਦੋ ਸਾਲ ਪੜਿਆ। ਹੂੰ ਹੂੰ। ਫਿਰ ਮੈਂ ਲੁਧਿਆਣੇ ਆਪਣੇ ਵੱਡੇ ਭਾਈ ਸਾਹਿਬ ਪਿੰਸਲ ਜਸਵੰਤ ਸਿੰਘ ਰਾਂ ਕੋਲ ਚਲਾ ਗਿਆ। ਤੇ ਮੇਰੀ ਵੇਖੋ ਸਵਾਬ ਨਾਲ ਕਿਸਮਤ ਕੇ ਕਾਲਾਫਗਨ ਜਮ ਪੜਦਾ ਸੀ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਪਿਛਕਾਰ ਲਈ ਭਰਾ ਨੇ ਮੇਰੇ। ਹੂੰ ਹੂੰ ਹੂੰ। ਪਰ ਸੁਖਵੰਤ ਸਿੰਘ ਜਿਹੜੇ ਉੱਥੇ ਪੜਾਉਂਦੇ ਸੀ। ਤੇ ਜਦੋਂ ਮੈਂ ਫਿਰ ਲੁਧਿਆਣੇ ਪਹੁੰਚ ਗਿਆ ਉੱਥੇ ਮੇਰੇ ਉਹ ਦੂ ਵੱਡੇ ਭਰਾ ਭਰਾਤ ਪੜਾਉਂਦੇ ਸੀ। ਸੋ ਇਸ ਕਰਕੇ ਮੈਂ ਉਹਨਾਂ ਤੋਂ ਡਰਦਿਆਂ-ਦਰਦਿਆਂ ਸਾਰੀ ਪੜ੍ਹਾਈ ਕੀਤੀ। ਵਾਹ ਜੀ। ਤੇ ਮੈਨੂੰ ਲੱਗਦਾ ਵੀ ਜੇ ਨਾ ਹੁੰਦੇ ਉੱਥੇ ਪੜਾ ਉਸ ਤੋਂ ਬਾਅਦ ਫਿਰ ਐਮਐਮ ਕੰਮ ਕਰਦੇ ਤੋਂ ਕੀਤੀ ਹੈ ਲੁਧਿਆਣੇ ਤੋਂ ਅੱਛਾ ਤੇ ਮੈਂ ਯੂਨੀਵਰਸਿਟੀ ਟਾਪਰ ਸੀ ਹੂੰ ਹੂੰ ਤੇ ਉਸੇ ਸਾਲ ਹੀ ਫਿਰ ਮੈਂ ਨੌਕਰੀ ਮਿਲ ਗਈ ਦਰਾਹਾ ਗੁਨਨ ਰੇਸ਼ਨ ਕਾਲਜ 'ਚ ਇੱਕ ਸਾਲ ਪੜਾਇਆ ਫਿਰ ਮੈਂ ਹੂੰ ਹੂੰ ਫਿਰ ਮੈਂ 6.5 ਸਾਲ ਜਗਰਾਉਨ ਲਾਜਪਤੇ ਕਾਲਜ 'ਚ ਹੂੰ ਹੂੰ ਕਾਲਜ ਵਿੱਚ ਪੜਾਇਆ ਉੱਥੇ ਵਾਹ ਉਸ ਤੋਂ ਬਾਅਦ ਫਿਰ 30 ਸਾਲ ਮੈਂ ਲਗਾਤਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜਾਇਆ ਅੱਛਾ ਤੇ ਉੱਥੋਂ ਰਿਟਾਇਰ ਮੈਂ 2013 'ਚ ਹੋਇਆ ਸੀ ਮਈ ਹੂੰ ਤੇ 2013 ਦੇ ਵਿੱਚ ਜਿਹੜਾ ਇਹ ਲੁਧਿਆਣਾ ਐਗਰੀਕਲਚਰ ਕਾਲਜ ਹੈ ਯੂਨੀਵਰਸਿਟੀ ਹੈ ਯੂਨੀਵਰਸਿਟੀ ਹੈ ਸੌਰੀ ਲਾਇਲਪੁਰ ਯੂਨੀਵਰਸਿਟੀ ਦੀ ਹੀ ਬ੍ਰਾਂਚ ਹਾਂ ਜਦੋਂ ਦੇਸ਼ ਦੀ ਪਾਰਟੀਸ਼ਨ ਹੋਈ ਹੈ ਹਮ ਹਮ ਉਦੋਂ ਲਾਇਲਪੁਰ ਹੀ ਕੋਈ ਇੰਸਟੀਚਿਊਟ ਸੀ ਜਿਹੜਾ ਐਗਰੀਕਲਚਰ ਦਾ ਸੀ ਹਮ ਹਮ ਪਰ ਉਹਦੀ ਇੱਕ ਬ੍ਰਾਂਚ ਰਾਵੀ ਤੋਂ ਪਾਰ ਵੀ ਸੀ ਹਮ ਹਮ ਉਹ ਸੀ ਗੁਰਦਾਸਪੁਰ ਦੇ ਵਿੱਚ ਖੇਤੀਬਾੜੀ ਖੋਜ ਕੇਂਦਰ ਸੀ ਉੱਥੇ ਇਹਨਾਂ ਦਾ ਲਾਇਲਪੁਰ ਵਾਲਿਆਂ ਦਾ ਸਹੀ ਜਿਹੜਾ ਸਾਡਾ ਹੁਣ ਇਸ ਵਕਤ ਇੰਡੀਪੈਂਡੈਂਟ ਐਗਰੀਕਲਚਰ ਕਾਲਜ ਉੱਤੇ ਚੱਲਦਾ ਉੱਥੇ ਸਹੀ ਪਰ ਜਿਹੜੀ 1962 ਚ ਬਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਦੋਂ ਪਹਿਲੇ ਐਗਰੀਕਲਚਰ ਕਾਲਜ ਬਣ ਚੁੱਕਿਆ ਸੀ ਲੁਧਿਆਣੇ 'ਚ ਅੱਛਾ ਉਹ ਲਗਭਗ ਸਾਰਾ ਸਟਾਫ ਉਹੀ ਜਿਹੜਾ ਲਾਇਲਪੁਰ ਤੋਂ ਗਿਆ ਸੀ ਵਾਹ ਔਰ ਬਹੁਤ ਸਾਰੇ ਸਟੂਡੈਂਟ ਹੋ ਸੀ ਜਿਨ੍ਹਾਂ 'ਚ ਹਾਕੀ 올ਿਪੀਅਨ ਜਿਹੜੇ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਨੇ ਹਮ ਅ ਪ੍ਰਿੰਸੀਪਲ ਸਿੰਘ ਅੱਛਾ ਉਹ ਇੱਥੇ ਲਾਇਲਪੁਰ 'ਚ ਪੜਾਈ ਉਦੋਂ ਕਰ ਰਹੇ ਸੀ ਵੈਸੇ ਨਨਕਾਣਾ ਸਾਹਿਬ ਦੇ ਸੱਚੋ ਤੇਰੇ ਪਿੰਡ ਦੇ ਸੀ ਅੱਛਾ ਕੀ ਬਾਤ ਉਹ ਬੇਸਿਕਲੀ ਨਨਕਾਣਾ ਸਾਹਿਬ ਦੇ ਸੀ ਉਹ ਮੈਂ ਬਹੁਤ ਸਾਰੇ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਜਿਹੜੇ ਯੂਨੀਵਰਸਿਟੀ ਖਾਸ ਕਰਕੇ ਖਾਲਸਾ ਕਾਲਜ ਜਿਹੜਾ ਲਾਇਲਪੁਰ ਸੀਗਾ ਔਰ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਉਸ ਵੇਲੇ ਹੁਣ ਜਿਹੜੇ ਉਸਤਾਦ ਸਹਿਬਾਨ ਨੇ ਉਹਨਾਂ ਨੇ ਜਦੋਂ ਮੈਂ ਇੰਟਰਵਿਊ ਕੀਤੇ ਤੇ ਮੈਨੂੰ ਇਹ ਦੱਸਿਆ ਗਿਆ ਕਿ ਸਭ ਤੋਂ ਤਗੜੀ ਟੀਮ ਜਿਹੜੀ ਸੀ ਖਾਲਸਾ ਕਾਲਜ ਦੀ ਹਾਕੀ ਦੀ ਟੀਮ ਹੋਇਆ ਕਰਦੀ ਨਹੀਂ ਖਾਲਸਾ ਕਾਲਜ ਤੋਂ ਜ਼ਿਆਦਾ ਐਗਰੀਕਲਚਰ ਕਾਲਜ ਲਾਇਲਪੁਰ ਦੀ ਸੀ ਅੱਛਾ ਉਹਦੇ ਚ ਵੇਖੋ ਤੁਸੀਂ ਕਿ ਉਸੇ ਟੀਮ ਦੇ ਵਿੱਚ ਪ੍ਰਿਥਪਾਲ ਸਿੰਘ ਖੇਡਦਾ ਸੀ ਉਸੇ ਟੀਮ ਦੇ ਵਿੱਚ ਗੁਲਾਮ ਰਸੂਲ ਸਾਹਿਬ ਖੇਡਦੇ ਸੀ ਅਖਤਰ ਰਸੂਲ ਤੇ ਫਾਦਰ ਵਾਹ ਗੁਲਾਮ ਰਸੂਲ ਨੇ ਵੀ ਕ੍ਰਿਪਤਾਨੀ ਕੀਤੀ ਪਾਕਿਸਤਾਨ ਦੀ ਅਖਤਰ ਰਸੂਲ ਨੇ ਵੀ ਕੀਤੀ ਪ੍ਰਧਪਾਲ ਨੇ ਇੰਡੀਅਨ ਹਾਕੀ ਟੀਮ ਦੀ ਕਪਾਹਨੇ ਕੀਤੀ ਐਟ ਵਨ ਟਾਈਮ ਜਿਹੜੇ ਉਹ ਕਲਾਸ ਵਿੱਚ ਸੀ ਦੋਵੇਂ ਗੁਲਾਮ ਰਸੂਲ ਤੇ ਭਾਈ ਸਾਹਿਬ ਨੇ ਐਗਰੀਕਲਚਰ ਯੂਨੀਵਰਸਿਟੀ ਲਾਇਲਪੁਰ ਦੇ ਵਾਹ ਕੀ ਬਾਤ ਸਗੋ ਕਿਸੇ ਵੇਲੇ ਸਟੋਰੀ ਉਹਨਾਂ ਤੇ ਡਿਵੈਲਪ ਕਰੋ ਜੀ ਜ਼ਰੂਰ ਔਰ 1982 ਚ ਜਦੋਂ ਏਸ਼ੀਅਨ ਗੇਮਸ ਹੋਏ ਨੇ ਤਾਂ ਗੁਲਾਮ ਰਸੂਲ ਸਾਹਿਬ ਇੰਡੀਅਨ ਪਾਕਿਸਤਾਨ ਡੈਲੀਗੇਸ਼ਨ ਦੇ ਲੀਡਰ ਦੇ ਰੂਪ ਚ ਉੱਥੇ ਗਏ ਕਿਉਂਕਿ ਉਸ ਵੇਲੇ ਪਾਕਿਸਤਾਨ ਹਾਕੀ ਸੋਸਿਟੀ ਦੇ ਪ੍ਰੈਜ਼ੀਡੈਂਟ ਸੀ ਉਹ ਔਰ ਪ੍ਰਿੰਸੀਪਲ ਸਿੰਘ ਹੋਰੀ ਉਸ ਵਕਤ ਨਰਾਜ਼ ਸੀ ਗਵਰਨਮੈਂਟ ਆਫ ਇੰਡੀਆ ਨਾਲ ਉਹ ਨਹੀਂ ਸੀ ਗਏ ਤੇ ਫਿਰ ਵਾਪਸੀ ਤੇ ਜਦੋਂ ਆਏ ਨੇ ਉਥੋਂ ਖੇਡ ਕੇ ਟੀਮ ਆਈ ਹੈ ਤੇ ਗੁਲਾਮ ਰਸੂਲ ਸਾਹਿਬ ਉਹਨਾਂ ਨੂੰ ਲੁਗਾਂਡੇ ਐਗਰੀਕਲਚਰ ਯੂਨੀਵਰਸਿਟੀ ਚ ਮਿਲ ਕੇ ਕੋਈ ਸਾਡੀ ਯੂਨੀਵਰਸਿਟੀ ਜੋ ਡਾਇਰੈਕਟਰ ਸਪੋਰਟਸ ਵੀ ਸੀਗੇ ਸਹੀ 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 ਉਹਨਾਂ ਨੇ ਮਿਲ ਕੇ ਫੇਰ ਆਏ ਨੇ ਔਰ ਬੜੀ ਯਾਦਗਾਰੀ ਤਸਵੀਰ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਲੱਭ ਸਕੇ ਕਿਤੇ ਜਦੋਂ ਦੋਵਾਂ ਕਪਤਾਨਾਂ ਨੇ ਆਪ ਜਫੀਪਾਈ ਦੋਵਾਂ ਜਵਾਤਿਆਂ ਨੇ ਜਫੀਪਾਈ ਮਗਲਗੀਰ ਹੋਏ ਈਵਨ ਜਿਹੜੇ ਬੰਦੇ ਨੇ ਸਭ ਤੋਂ ਵੱਡਾ ਅ ਕੰਮ ਕੀਤਾ ਐਗਰੀਡਰ ਸਰਚ ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਦੋਵਾਂ ਮੁਲਕਾਂ ਦੇ ਵਿੱਚ ਝੋਨੇ ਦੀ ਖੋਜ ਦੇ ਵਿੱਚ ਉਹਨਾਂ ਦਾ ਡਾਕਟਰ ਗੁਰਦੇਵ ਸਿੰਘ ਖੁਸ਼ ਹੈ ਜ਼ਬਰਦਸਤ ਉਹ ਵੀ ਉਸ ਵਕਤ ਲਾਲਪੁਰ ਡੀਓ ਸੈਕਟਰੀ ਯੂਨੀਵਰਸਿਟੀ ਪੜ੍ਹਦੇ ਸੀ ਤੁਹਾਡੇ ਕੋਲ ਬਾਪੂ ਜੀ ਨੇ ਉੱਥੇ ਸਾਡੇ ਬਜ਼ੁਰਗ ਬੜੇ ਸਤਕਾਰਯੋਗ ਲਾਲਪੁਰ ਦੇ ਵਿੱਚ ਅ ਪ੍ਰੋਫੈਸਰ ਅਬਦੁਲ ਕਯੂਮ ਜੀ ਜੀ ਮੈਂ ਉਹਨਾਂ ਦਾ ਇੰਟਰਵਿਊ ਉਹਨਾਂ ਕੋਲ ਪੁੱਛੋ ਸਾਰੀਆਂ ਗੱਲਾਂ ਪਤਾ ਹੈ ਉਹਨਾਂ ਨੂੰ ਉਹਨਾਂ ਨੇ ਇੰਟਰਵਿਊ ਕੀਤਾ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਹੁਣ ਦੀ ਜਿਹੜੀ ਖੇਤੀ ਹੈ ਲਾਇਲਪੁਰ ਦੀ ਜਿਸ ਤਰ੍ਹਾਂ ਵੱਡੇ ਵੱਡੇ ਬਾਗ ਕਿਨੂ ਦੇ ਉੱਪਰ ਜਿਹੜੀ ਰਿਸਰਚ ਹੋਈ ਸੀ ਪੋਟਾਟੋ ਦੇ ਉੱਪਰ ਆਲੂ ਦੇ ਉੱਪਰ ਜਿਹੜੀ ਰਿਸਰਚ ਹੋਈ ਸੀ ਔਰ ਇਸ ਚੋਨਾ ਦੀ ਗੱਲ ਤੁਸੀਂ ਕਰ ਹੀ ਦਿੱਤੀ ਹੈ ਉਹ ਕਹਿੰਦੇ ਸੀ ਕਿ ਸਾਰੀਆਂ ਰਿਸਰਚ ਉਸ ਵੇਲੇ ਤੁਹਾਡੇ ਸਿੱਖ ਵੀਰਾਂ ਨੇ ਕੀਤੀ ਸੀ ਔਰ ਉਹਨੇ ਮੈਨੂੰ ਇਹ ਵੀ ਦੱਸਿਆ ਸਿੱਖ ਲਫ਼ਜ਼ ਕਹਿਣਾ ਮੈਨੂੰ ਲੱਗਦਾ ਹੈ ਕਿ ਬਹੁਤੀ ਠੀਕ ਨਹੀਂ ਹੈ ਪੰਜਾਬੀ ਗਾਇਦ ਨੇ ਅੱਪਾ ਇਹ ਕਹਿ ਸਕਦੇ ਆ ਕਿ ਜਿਹੜੇ ਉੱਥੇ ਪੜਨ ਵਾਲੇ ਸੀ ਬਹੁਤ ਸਾਰੇ ਹਿੰਦੂ ਭਰਾਓ ਨੇ ਜਿਨ੍ਹਾਂ ਨੇ ਕਿਨੂ ਦਵਲਕੀਤਾ ਜੀ ਬਿਲਕੁਲ ਵੇਖੋ ਜਿਹੜਾ ਵਿਗਿਆਨੀ ਹੈ ਨਾ ਉਹਦੀ ਜਾਤ ਵਿਗਿਆਨ ਹੁੰਦੀ ਹੈ। ਕੀ ਬਾਤ ਹੈ ਬਹੁਤ ਸੁਣੀਗਾ। ਵਿਗਿਆਨੀ ਸਿੱਖ Hindu ਨਹੀਂ ਹੁੰਦਾ। ਜੀ ਮੈਂ ਆਪਣੇ ਅਲਫਾਜ਼ ਇੱਥੇ ਵਾਪਸ ਲੈ ਲੈਂਦਾ। ਸਿੱਖ ਸਿੱਖ Hindu ਨਹੀਂ ਹੁੰਦਾ ਉਹ। ਜੀ ਬਿਲਕੁਲ ਬਿਲਕੁਲ। ਜੇ ਕੋਈ ਕਹਿੰਦਾ ਤਾਂ ਗੁਨਾਹ ਕਰਦਾ। ਵਾਹ ਜੀ। ਵਿਗਿਆਨੀ ਮੁਸਲਮਾਨ ਵੀ ਹੋ ਸਕਦਾ ਹੈ। ਵਿਗਿਆਨੀ ਵਿਗਿਆਨੀ ਹੁੰਦਾ ਉਹਦੇ ਵਾਸਤੇ ਹਿਊਮੈਨਿਟੀ ਮਰੂਤ ਤਾਂ ਵੱਡੀ ਗੱਲ ਹੈ ਜੀ ਬਹੁਤ ਸੋਹਣੀ ਉਹ ਦਾਣਾ ਜਿਹੜਾ ਬੀਜ ਦਾ ਤੁਹਾਡੀ ਜੀ ਤੁਹਾਡੇ ਇਥੇ ਜੀ ਨੀ ਬਾਸਪਤੀ ਬੀਜੀ ਜਾਂਦੀ ਹੈ ਜਾਂ ਬਾਕੀ ਝੋਨੇ ਦੀ ਮੋਟੇ ਝੋਨੇ ਬੁੱਜੀ ਜਾਂਦੀ ਉਹ ਡਾਕਟਰ ਗੁਰਦੇਵ ਸਿੰਘ ਖੋਜ ਦੀਆਂ ਖੋਜਾਂ ਨੇ ਬਹੁਤ ਸਾਰੇ ਵਿੱਚੋਂ ਹੂੰ ਹੂੰ ਉਹ ਸਿੱਖ ਹੈ ਹੂੰ ਹੂੰ ਖਾਣ ਵਾਲਾ ਉਹਨੂੰ ਮੁਸਲਮਾਨ ਵੀ ਹੈ ਹਿੰਦੂ ਵੀ ਹੈ ਸਾਈ ਵੀ ਹੈ ਬਿਲਕੁਲ ਬਿਲਕੁਲ ਸੋ ਜਿਹੜਾ ਦਾਣਾ ਪੈਦਾ ਕਰਦਾ ਉਹ ਤੇ ਰੱਬ ਦਾ ਸ਼ਰੀਕ ਹੈ ਕੀ ਬਾਤ ਹੈ ਬਹੁਤ ਸੋਹਣੀ ਗੱਲ ਤੁਸੀਂ ਇਸੇ ਦਾ ਕਿਸਾਨ ਨੂੰ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਮੰਨਦਾ ਰਾਈ ਇਹ ਇਹ ਸੈਣੀ ਇਹ ਕਬੂ ਨਾ ਇਹਨੂੰ ਧਰਤੀ ਚ ਦਾਣਾ ਪਾਉਂਦਾ ਕਿਸਾਨ ਐ ਬਹੁਤ ਸੋਹਣੀ ਗੱਲ ਕੱਲਾ ਜੱਟ ਨਹੀਂ ਐ ਉਹ ਜਿਹੜਾ ਧਾਣੇ ਜਿਹੜਾ ਜਿਹੜਾ 6 ਮਹੀਨੇ ਉਡੀਕ ਸਕਦਾ ਉਹਦੇ ਨਾਲ ਵੱਡਾ ਸਾਬਰ ਕੌਣ ਐ ਇੱਕ ਦਾਣਾ ਸੁੱਟ ਕੇ ਧਰਤੀ ਚ ਉਹਨੂੰ ਇਹ ਨਹੀਂ ਪਤਾ ਮੁੜ ਕੇ ਸਾਡੇ ਘਰ ਆਉਣਾ ਕਿ ਨਹੀਂ ਆਉਣਾ ਸਹੀ 6 ਮਹੀਨੇ ਉਡੀਕ ਕਰਨ ਵਾਲਾ ਸਾਬਰੀ ਜਿਹੜਾ ਵਾ 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 ਸਬਰ ਰੱਖਣ ਵਾਲਾ ਬੰਦਾ ਮੇਰੇ ਲਈ ਤਾਂ ਉਹ ਸਤਕਾਰਯੋਗ ਐ ਕੀ ਬਾਤ ਬਹੁਤ ਸੋਹਣੀ ਗੱਲ ਐ ਮੈਂ ਉਹਨਾਂ ਨਾਲ ਚੁੱਕੇ ਸਿੱਖ ਦਾ ਵਰਤਨ ਮੈਂ ਵੀ ਕੋਸ਼ਿਸ਼ ਕਰਦਾ ਹਾਂ ਜਿਹੜੇ ਆਪਾਂ ਇੰਟਰਵਿਊ ਕਰਦੇ ਹਾਂ ਉਹਦੇ ਵਿੱਚ ਆਪਾਂ ਤਫਰਕਾ ਨਾ ਕਿੱਥੇ ਪਾਈਏ ਲੇਕਿਨ ਉਹਨਾਂ ਨੇ ਮੈਨੂੰ ਇਹ ਗੱਲ ਕੀਤੀ ਕਿ ਪੂਰੇ ਲਾਲਪੁਰ ਦੇ ਵਿੱਚ ਇੱਕ ਦੁਕਾਨ ਜਿਹੜੀ ਸੀ ਉਹ ਸਾਡੇ ਮੁਸਲਮਾਨ ਵੀਰ ਦੀ ਸੀ ਬਾਕੀ ਤਕਰੀਬਨ ਜ਼ਿਆਦਾ ਸਿੱਖ ਉਹਦਾ ਕਾਰਨ ਇਹ ਸੀ ਨਾ ਕਿ ਲਾਲਪੁਰ ਜਦੋਂ ਆਬਾਦ ਹੋਇਆ ਨਾ ਜੀ ਜੀ ਉਹਦੇ ਵਿੱਚ ਬਹੁਤ ਸਾਰੇ ਲੋਕ ਸਾਡੇ ਪੰਜਾਬ ਤੋਂ ਉਹ ਲੋਕ ਆਏ ਜਿਹੜੇ ਜਾਂ ਤਾਂ ਸੈਨਿਕ ਸਨ ਹੂੰ ਹੂੰ ਫੌਜ ਦੇ ਵਿੱਚ ਸੇਵਾ ਕਰਦੇ ਸੀ ਜਾਂ ਖੇਤੀਬਾੜੀ ਜਾਂ ਉਹ ਜਿਹੜੇ ਜਿਹੜੇ ਉਹਨਾਂ ਪਿੰਡਾਂ ਜਿੱਥੋਂ ਪਿੰਡੋਂ ਆਏ ਸੀ ਉਹਨਾਂ ਦੇ ਜ਼ਮੀਨਾਂ ਘੱਟ ਸੀ ਉਹਨ ਉਹਨਾਂ ਨੂੰ ਜਦੋਂ ਜਗ੍ਹਾ ਇਥੇ ਅਲਾਟ ਕੀਤੀ ਕਿ ਉਹਨਾਂ ਨੇ ਬੜੀ ਮਿਹਨਤ ਨਾਲ ਉਸ ਨੂੰ ਬੜੀ ਮੁਸ਼ਕਲ ਨਾਲ ਉਸ ਨੂੰ ਡਵੈਲਪ ਕੀਤਾ ਜਿੰਦੇ ਵਿੱਚ ਕੋਈ ਸ਼ੱਕ ਨਹੀਂ ਤੇ ਗੋਰੇ ਨੇ ਉਹਨਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਹਮ ਹਮ ਨਿਆਰਾ ਨਿਜ਼ਾਮ ਉਹਦੇ ਉਸ ਰਿਹਾ ਉਹਦੇ ਨਾਲ ਕੀ ਹੋ ਗਿਆ ਕਿ ਉਹਨਾਂ ਦੀ ਮਿਹਨਤ ਦਾ ਮੁਰਕ ਹਮ ਹਮ ਤੇ ਗੋਰੇ ਦੀ ਯੋਜਨਾਕਾਰੀ ਵਾ ਵਾ ਜੇ ਵਿਗਿਆਨਤਾਕਾਰੀ ਨਾ ਖੋਲਦੇ ਹਮ ਹਮ ਤਾਂ ਕਿਲਾਇਲਪੁਰ ਕਿਵੇਂ ਬਣ ਜਾਂਦਾ ਕਾਟਨ ਦੀ ਹੱਬ ਕੀ ਬਾਤ ਅਜੇ ਨਰਮਕ ਪਹਾ ਉਥੋਂ ਦੀਆਂ ਜੀ ਜੀ ਦੁਨੀਆ ਭਰ ਦੇ ਵਿੱਚ ਸਰਦਾਰੀ ਕਰਦੀਆਂ ਨੇ ਤੂੰ ਤਾਂ ਕਾਰਨ ਇਹ ਵੀ ਤਾਂ ਨਾ ਭੁੱਲ ਗਏ ਕਿ ਉਸ ਵਕਤ ਵਿਗਿਆਨ ਦਾ ਬੂਹਾ ਖੋਲਣ ਵਾਲਾ ਗੋਰਾ ਸੀ ਗੋਰਾ ਸੀ ਇਹ ਚ ਕੋਈ ਸ਼ੱਕ ਨਹੀਂ ਹੁਣ ਵੇਖੋ ਨਾ ਕਿਧਰੇ ਨਾ ਕਿਧਰੇ ਐਸ ਸਵਾਲ ਵੀ ਦਿਮਾਗ ਦੇ ਵਿੱਚ ਰਹਿੰਦਾ ਮੈਂ ਤੁਹਾਨੂੰ ਆਪਣੀ ਪਰਸਨਲ ਗੱਲ ਕਰਾਂ ਹਾਂ ਕਿ ਜੇ ਆਪਾਂ ਟ੍ਰੇਨ ਨੂੰ ਵੇਖਦੇ ਆ ਜੇ ਆਪਾਂ ਨਹਿਰੀ ਨਿਜ਼ਾਮ ਨੂੰ ਵੇਖਦੇ ਆ ਦੁਨੀਆ ਦਾ ਸਭ ਤੋਂ ਵੱਡਾ ਨਹਿਰੀ ਨਿਜ਼ਾਮ ਪਾਕਿਸਤਾਨ ਦੇ ਕੋਲ ਹਾਂ ਠੀਕ ਹੁਣ ਜਿਹੜੀਆਂ ਉਹ ਜਦੋਂ ਆਪਾਂ ਇਹ ਚੀਜ਼ਾਂ ਵੇਖਦੇ ਆ ਫਿਰ ਸਾਡੇ ਦਿਮਾਗ 'ਚ ਇੱਕ ਸੋਚ ਜ਼ਰੂਰ ਰਹਿੰਦੀ ਹੈ ਕਿ ਕਿੱਥੇ ਗੋਰਾ ਰਹਿ ਜਾਂਦਾ ਆਪਾਂ ਬਹੁਤੀ ਤਰੱਕੀ ਨਹੀਂ ਕਰ ਲੈਣੀ ਸੀ ਨਹੀਂ ਕਿੰਨ ਦਾ ਮਤਲਬ ਨਹੀਂ ਸੀ ਹੋਣੀ ਸਿਰਫ ਇੰਨਾ ਹੀ ਫਰਕ ਪਿਆ ਕਿ ਅਸੀਂ ਆਜ਼ਾਦੀ ਨੂੰ ਮੰਨਣ ਲੱਗ ਗਏ ਹਮ ਅਸੀਂ ਆਜ਼ਾਦੀ ਨੂੰ ਜਾਣਿਆ ਨਹੀਂ ਇੰਡੀਆ ਤੇ ਪਾਕਿਸਤਾਨ ਹਮ ਫ੍ਰੀ ਹੋਏ ਨੇ ਹਮ ਇੰਡੀਪੈਂਡੈਂਟ ਨਹੀਂ ਹੋਏ ਕੀ ਬਾਤ ਹੈ ਬਹੁਤ ਸੋਹਣੀ ਗੱਲ ਕੀਤੀ ਅਸੀਂ 14 ਅਗਸਤ ਨੂੰ ਪਾਕਿਸਤਾਨ ਨੂੰ ਫ੍ਰੀडम ਮਿਲੀ ਹੈ ਹਮ ਹਮ ਇੰਡੀਪੈਂਡੈਂਸ ਨਹੀਂ ਮਿਲੀ ਸਾਡੀ ਅਜ ਵੀ ਡਿਪੈਂਡੈਂਸ ਹੋਰ ਨਾਲ ਤੇ ਆ ਅਸੀਂ ਇੰਡੀਪੈਂਡੈਂਟ ਨਹੀਂ ਹਾਂ ਇੰਡੀਆ ਵੀ ਇੰਡੀਪੈਂਡੈਂਟ ਨਹੀਂ ਹੈ ਹਮ ਜਦੋਂ ਸਾਨੂੰ ਬਹੁਤ ਸਾਰੇ ਖੇਤਰਾਂ ਦੇ ਵਿੱਚ ਹੋਰ ਮੁਲਕਾਂ ਨੇ ਲੋੜ ਪੈਂਦੀ ਹੈ ਪੈਰ ਪੈਰ ਤੇ ਪੈਂਦੀ ਹੈ ਹਮ ਹਮ ਉਦੋਂ ਅਸੀਂ ਫ੍ਰੀडम ਤਾਂ ਮਾਣ ਰਹੇ ਹਾਂ ਹਮ ਹਮ ਪਰ ਉਹ ਜਿਹੜਾ ਡਿਸਪਲਿਨ ਚਾਹੀਦਾ ਸਾਡੇ ਚ ਉਸ ਦੀ ਮਾਰ ਬੜੀ ਵੱਡੀ ਖਾ ਰਹੇ ਹਾਂ ਬਹੁਤ ਸਾਰੀ ਸਦੀ ਬੀਤ ਗਈ ਹੈ ਸਾਡੇ ਡਿਸਪਲਿਨ ਦੀ ਕਮੀ ਨੇ ਜਦਕਿ ਸਾਡੇ ਕੋਲ ਕੀ ਨਹੀਂ ਹਮ ਹਮ ਯਾਰ ਜੇ ਸਾਡਾ ਵਿਗਿਆਨੀ ਹਮ ਹਮ ਪਾਕਿਸਤਾਨ ਦਾ ਵੀ ਹਿੰਦੁਸਤਾਨ ਦਾ ਵੀ ਅਮਰੀਕਾ ਜਾ ਕੇ ਕੈਨੇਡਾ ਜਾ ਕੇ ਉੱਥੋਂ ਦੀ ਰਿਸਰਚ ਨੂੰ ਸਟਰੈਂਥਨ ਕਰ ਸਕਦਾ ਹੈ ਹੂੰ ਤੇ ਸਾਡੇ ਬਾਦੂ ਘਟੂ ਸਮਾਨ ਵਾਂਗ ਕਿਉਂ ਬਾਹਰ ਛੋਟਾ ਦਿੱਤਾ ਗਿਆ ਬਈ ਮੇਰਾ ਖਿਆਲ ਹੈ ਕਿ ਜਿਹੜੀ ਸ਼ਿਕਾਗੋ ਦੇ ਵਿੱਚ ਨੀਡਲ ਹੈ ਹੂੰ ਤੁਹਾਡੀ ਉੱਥੋਂ ਵਾਲੀ ਜਿਹੜਾ ਟਾਵਰ ਹੈ ਉੱਥੇ ਕੀ ਨਾਉ ਟਾਵਰ ਦਾ ਨਾਮ ਭੁੱਲ ਗਿਆ ਮੈਨੂੰ ਉਹਦੇ ਬਾਹਰ ਜੋ ਪਲੇਟ ਦੇਖੀ ਹੂੰ ਤਾਂ ਉਹਦਾ ਜਿਹੜਾ ਡਿਜ਼ਾਈਨਰ ਸੀ ਆਰਕੀਟੈਕਟ ਸੀ ਉਹ ਪਾਕਿਸਤਾਨ ਦਾ ਕੋਈ ਭਰਾ ਸੀ ਜਦਾ ਬਸ ਇਹ ਜਿਹੜੀ ਗੱਲ ਹੈ ਨਾ ਬੜੀ ਇੱਕ ਸਮਝਣ ਵਾਲੀ ਤੇ ਸਮਝਾਉਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਲਿਆਕਤ ਨੂੰ ਰੋਲਦੇ ਹਾਂ ਹੂੰ ਉਹਦਾ ਮੁੱਲ ਨਹੀਂ ਪਉਂਦੇ ਬਹੁਤ ਉੱਚੀ ਗੱਲ ਹੈ ਜੀ ਬਹੁਤ ਉੱਚੀ ਗੱਲ ਹੈ ਜਿਹੜਾ 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 ملک ਵੀ ਆਪਣੀ ਲਿਆਕਤ ਨੂੰ ਨਹੀਂ ਵਰਤੇਗਾ ਠੀਕ ਤਰ੍ਹਾਂ ਨਾਲ ਹੂੰ ਉਹਨੂੰ ਉਹਦੀ ਕੀਮਤ ਆਰ ਨਹੀਂ ਪਵੇਗੀ ਵਾਹ 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 ਅੱਜ ਵੇਖੋ ਸਾਡੀ ਜਵਾਨੀ ਅੱਜ ਉਹਨਾਂ ਦੀ ਮਹਤਾਜ ਹੈ ਕੱਲ੍ਹ ਉਹਨਾਂ ਦੀ ਮਹਤਾਜ ਹੀ ਨਹੀਂ ਹੂੰ ਸਾਡੀ ਜਵਾਨੀ ਨੂਸੀ ਉਹਨਾਂ ਗੱਲਾਂ ਤੇ ਉਹਨਾਂ ਤੇ ਚੇਟਕਾਂ ਤੇ ਲਾ ਦਿੱਤਾ ਜਿਹੜੀ ਇਸ ਮੁਲਕ ਦੀ ਤਰੱਕੀ ਵਾਸਤੇ ਕੰਟਰੀਬਿਊਟ ਉਹਨਾਂ ਨਹੀਂ ਕਰ ਸਕਦੇ ਜਿੰਨੀ ਉਹ ਦੀ ਸਮਰੱਥਾ ਹੈ ਸਮਰੱਥਾ ਹੈਗੀ ਏ ਜੀ ਇਹ ਆਖੀ ਵੀ ਸਮਰੱਥਾ ਨਹੀਂ ਹੈਗੀ ਬੜੇ ਬੜੇ ਬ੍ਰਿਲੀਅੰਟ ਬੱਚੇ ਆ ਸਾਡੀ ਧਰਤੀ ਤੋਂ ਜਾ ਕੇ ਪੂਰੀ ਦੁਨੀਆ 'ਚ ਨਾਮ ਹੈ ਉਹਨਾਂ ਸਿਰਕੁਨ ਵੈਲੀ ਚ ਜਾਓ ਤੁਸੀਂ ਉੱਥੇ ਯੂਐਸਏ ਦੇ ਵਿੱਚ ਤੁਹਾਨੂੰ ਹਰ ਤੀਸਰਾ ਬੰਦਾ ਜਦੋਂ ਮਿਲਦਾ ਹੈ ਪਾਕਿਸਤਾਨ ਤੋਂ ਜਾਂ ਹਿੰਦੁਸਤਾਨ ਤੋਂ ਸਾਡੇ ਖਿੱਤੇ ਦੀ ਲਿਆਕਤ ਹੈ ਤੁਸੀਂ ਬਹੁਤ ਉਸ ਵੇਲੇ ਸੋਣੀ ਗੱਲ ਕੀਤੀ ਮਨਾਉਣ ਬਾਰੇ ਕਿ ਅਸੀਂ 14 ਅਗਸਤ ਜਾਂ 15 ਅਗਸਤ ਜਦੋਂ ਹੁੰਦੀ ਹੈ ਤੇ ਆਪਾਂ ਉਹਨੂੰ ਮਨਾਉਂਦੇ ਆ ਮਨਾ সেলਿਬ੍ਰੇਟ ਕਰਦੇ ਆ সেলਿਬ੍ਰੇਟ ਕਰਦੇ ਆ ਲੇਕਿਨ ਕਦੀ ਇਹ ਸੋਚਿਆ ਹੀ ਨਹੀਂ ਅਸੀਂ ਪਰ ਬਾਕੀ 364 ਜਨ ਕਿਉਂ ਨਹੀਂ ਕਰਦੇ ਸਵਾਲ ਹੈ ਮੇਰਾ ਸਵਾਲ ਤਾਂ ਇਹ ਆ ਕਿ 364 ਨੇ ਸਾਨੂੰ ਕਿਉਂ ਭੁੱਲ ਜਾਂਦਾ ਕਿ ਇਸ ਆਜ਼ਾਦੀ ਦੀ ਕੀਮਤ ਸਾਨੂੰ ਤਾਰਨੀ ਚਾਹੀਦੀ ਹੈ ਹੂੰ ਜਦੋਂ ਕੇਲਾ ਛੁੱਲ ਕੇ ਛਿਲਕਾ ਕਾਰ ਦੇ ਵਿੱਚੋਂ ਬਾਹਰ ਮਾਰਦੇ ਆ ਸਾਨੂੰ ਪਤਾ ਨਹੀਂ ਲੱਗਦਾ ਵਤਨ ਸਾਡਾ ਜਦੋਂ ਕੂੜੇ ਦਾ ਢੇਰ ਆਪਾਂ ਆਪਣੇ ਘਰ ਦੇ ਬਾਹਰ ਲਾ ਦਿੰਦੇ ਆ ਸਾਨੂੰ ਸ਼ਰਮ ਨਹੀਂ ਆਉਂਦੀ ਇਹ ਗੰਧ ਲੋਕਾਂ ਵਾਸਤੇ ਪਾ ਰਹੇ ਆ ਸਾਡੇ ਆਪਣੇ ਮੂੰਹ ਤੇ ਚਪੇੜ ਨਹੀਂ ਵੱਜਦੀ ਉਦੋਂ ਜਦੋਂ ਅਸੀਂ ਵੇਖਦੇ ਆ ਕਿ ਸੜਕ ਤੋਂ ਅਗਲਾ ਜਿਹੜਾ ਜਾ ਰਿਹਾ ਉਹਦੇ ਅੱਗੋਂ ਦੀ ਲੰਘਣ ਵਾਸਤੇ ਨੇੜੇ ਦੀ ਖੇਹ ਗਲੰਘਣ ਵਾਸਤੇ ਹਰਨ ਤੇ ਹਰਨ ਵਾਰੀ ਤੁਰੇ ਜਾ ਰਹੇ ਆ ਸਾਨੂੰ ਆਪਣੇ ਨੂੰ ਲਹਨਤ ਪਾਉਣ ਦੇ ਮੌਕੇ ਵੀ ਕਦੇ ਲੈਣਾ ਚਾਹੀਦਾ ਕਦੇ ਕਿ ਅਸੀਂ ਹਰ ਗੱਲ ਜਿਹੜੀ ਹੈ ਉਹ ਸਰਕਾਰਾਂ ਤੇ ਨਾ ਸਰਕਾਰਾਂ ਤੇ ਨਹੀਂ ਸੁਟਾਈਏ ਅਸੀਂ ਆਪ ਹੀ ਬੰਦੇ ਦੇ ਪੁੱਤ ਬਣੀ ਅੱਛਾ ਤੇਹਜ਼ੀਬ ਔਰ ਅਦਬ ਦੇ ਵਿੱਚ ਅਸੀਂ ਕਾਫੀ ਪਿੱਛੇ ਰਹਿ ਗਏ ਹ ਇਹਦੀ ਕੀ ਵਜ੍ਹਾ ਹੈ ਤੁਸੀਂ ਗੱਲ ਕੀਤੀ ਕਾਰ ਤੋਂ ਆਪਾਂ ਛਿਲਕਾ ਸਿੱਟਣ ਦੀ ਜਾਂ ਬੋਤਲਾਂ ਸਿੱਟਣ ਦੀ ਜਾਂ ਜਦੋਂ ਆਪਾਂ ਪੰਜਾਬ ਦੇ ਵਿੱਚ ਜੇ ਖਾਸ ਕਰਕੇ ਮੈਂ ਲਹਿੰਦੇ ਪੰਜਾਬ ਦੀ ਗੱਲ ਕਰ ਰਿਹਾ ਖੁੱਲੀ ਡੁੱਲੀ ਗੱਲ ਹੁੰਦੀ ਹੈ ਸਾਡਾ ਪਰਿਵਾਰ ਹੀ ਹੈ ਪੰਜਾਬੀ ਲਹਿਰ ਮੈਂ ਪਿੰਡਾਂ 'ਚ ਵੇਖਦਾ ਕਿ ਗੰਦਾਂ ਦੇ ਗੰਦ ਪਏ ਹੁੰਦੇ ਆ ਸਾਡੇ ਜਿਹੜੇ ਮਿਸਾਲ ਤੌਰ ਤੇ ਇੱਕ ਜਿਸਾ ਤੁਹਾਡੀ ਸਰਪੰਚ ਸਿਸਟਮ ਹੈ ਸਾਡੇ ਕਾਉਂਸਲਰ ਜਾਂ ਜਨਰਲ ਕਾਉਂਸਲਰ ਹੁੰਦੇ ਆ ਜਾਂ ਫਿਰ ਪਿੰਡ ਦੇ ਨੰਬਰਦਾਰ ਹੁੰਦੇ ਉਹਨਾਂ ਨੂੰ ਇਹ ਸੋਚ ਹੀ ਨਹੀਂ ਹੈਗੀ ਕਿ ਯਾਰ ਮੇਰੇ ਪਿੰਡ ਕੀ ਹੋ ਰਿਹਾ ਹੈ ਅਸੀਂ ਉਹਨਾਂ ਨੂੰ ਜਾਣ ਪੁੱਛ ਕੇ ਅਨਐਜੂਕੇਟਡ ਰੱਖਿਆ ਹੋਇਆ ਅਸੀਂ ਚਾਹੁੰਦੇ ਨਹੀਂ ਉੱਤਰਕੀ ਕਰਨ ਜਿਹੜੀ ਤੁਹਾਡੀ ਇੱਕ ਸਫਾਈ ਪਸੰਦਗੀ ਹੈ ਉਹ ਗੁਰਦੁਆਰਾ ਹਦੂ ਤੇ ਅੰਦਰ ਤੇ ਹੈਗੀ ਐ ਮਸਜਿਦ ਮੰਦਰ ਦੇ ਅੰਦਰ ਤੇ ਹੈਗੀ ਐ ਤੇ ਬਾਹਰ ਸਾਨੂੰ ਕੋਈ ਸੱਪ ਸੰਗ ਜਾਂਦਾ ਬਈ ਜਿਹੜੀ ਝਾੜੂ ਬੁਹਾਰੀ ਅਸੀਂ ਗੁਰਦੁਆਰਾ ਸਾਹਿਬ ਚ ਕਰਦੇ ਆ ਮੰਦਰ ਮਸੀਤ ਚ ਕਰਦੇ ਆ ਤੇ ਉਹ ਸੜਕ ਦੇ ਬਾਹਰ ਕਿਉਂ ਨਹੀਂ ਕਰਦੇ ਮੈਨ ਪਰ ਵੀ ਚਾਹੀਦੀ ਐ ਮਤਨ ਸਾਰਾ ਹੀ ਇੱਕ ਵੱਡਾ ਮੰਦਰ ਐ ਵੱਡਾ ਮਸਜਿਦ ਐ ਵੱਡਾ ਗੁਰਦੁਆਰਾ ਐ ਮਤਨ ਸਾਰਾ ਹੀ ਕਲੌਨੀ ਪੈਰੀਫਰੀ ਨਹੀਂ ਉਹਨਾਂ ਉਹਨਾਂ ਟੋਟਾ ਨਹੀਂ ਪਰ ਟੋਟਲ ਨਿਜ਼ਾਮ ਜਿਹੜਾ ਸਾਨੂੰ ਇਹ ਸਿਖਾ ਰਿਹਾ ਕਿ ਇੰਡੀਵਿਜੁਅਲ ਹੋ ਜਾਓ ਬੱਬੀ ਬੰਦ ਹੋ ਜਾਓ ਇੱਕ ਕਮਰਾ ਠੰਡਾ ਕਰ ਲਓ ਉਹਦੇ ਨਾਲ ਮੌਸਮ ਠੰਡਾ ਹੋ ਜਾਏਗਾ ਇਹ ਸੇਕ ਬਾਹਰ ਨੂੰ ਕੱਢ ਰਹੇ ਉਹਦਾ 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 ਜ਼ਿੰਮੇਵਾਰ ਕੌਣ ਹੈ ਵਾਹ 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 ਬਹੁਤ ਜਿੰਨੀ ਤਪਸ਼ਾ ਏਸੀ ਦੇ ਰਿਹਾ ਪਿੱਛੇ ਨੂੰ ਬਾਹਰ ਨੂੰ ਜਾ ਕੇ ਉਹ ਕਿਸੇ ਦਾ ਸੀਨਾ ਸੜ ਰਿਹਾ ਓਏ ਹੋ ਬਹੁਤ ਸੋਹਣੀ ਹੈ ਗਲੋਬਲ ਵਾਰਮਿੰਗ ਚ ਕੰਟ੍ਰਿਬਿਊਟ ਕਰ ਰਿਹਾ ਹਿੱਸਾ ਪਾ ਰਿਹਾ ਜੀ ਜੀ ਸੋ ਇਹ ਇਹ ਜਿਹੜਾ ਸੈਂਟੀਫਿਕ ਆਊਟਲੁੱਕ ਡਿਵੈਲਪ ਕਰਨਾ ਸੀ ਬਲਕਾਂ ਦਾ ਸਾਡੇ ਵਿਦਵਤ ਕਰਾ ਰਹੇ ਨੇ ਸੋਸ਼ਲ ਐਕਟੀਵਿਸਟਾਂ ਨੇ ਮੀਡੀਆ ਨੇ ਟੀਚਰ ਨੇ ਧਰਮ ਸ਼ਾਸਤਰੀ ਨੇ ਕੀ ਬਾਤ ਉਹ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਅੱਛਾ ਇੱਕ ਗੱਲ ਹੋਰ ਕਿਉਂਕਿ ਤੁਸੀਂ ਸੂਝਵਾਨ ਹੈਗੇ ਹੋ ਜੇ ਆਪਾਂ ਗੁਰਦੁਆਰਿਆਂ ਦੀ ਮਸਜਿਦ ਦੀ ਮੰਦਿਰ ਦੀ ਜਾਂ ਗਿਰਜਾ ਘਰ ਦੀ ਗੱਲ ਵੇਖੀਏ ਤਾਂ ਪੁਰਾਣੀਆਂ ਲਿਖਤਾਂਾਂ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਤੇ ਸਾਨੂੰ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਇੱਕ ਧਰਮਸ਼ਾਲ ਬਣਾਈ ਕਿਉਂਕਿ ਜਦੋਂ ਸਾਰੀ ਦੁਨੀਆ 'ਚ ਕਮੇ ਤਾਂ ਉਹਨਾਂ ਕੋਲ ਬਹੁਤ ਸਾਰੇ ਧਰਮ ਗ੍ਰੰਥ ਸਨ ਪੋਥੀਆਂ ਸਨ ਉਥੇ ਆ ਕੇ ਲੋਕ এডਿਕੇਸ਼ਨ ਲੈਂਦੇ ਸਨ। ਔਰ ਪੁਰਾਣੇ ਜ਼ਮਾਨੇ ਦੇ ਵਿੱਚ ਜੇ ਮੈਂ 47 ਤੋਂ ਪਹਿਲੀ ਦੀ ਗੱਲ ਕਰਾਂ ਤੇ ਮੈਂ ਬਜ਼ੁਰਗਾਂ ਨੂੰ ਕਹਿਣਾ ਕਿ ਨਹੀਂ ਗੁਰਦੁਆਰਾ ਸੀ ਉਹ ਕਹਿੰਦੇ ਨਹੀਂ ਪੁੱਤਰ ਇਹ ਧਰਮਸ਼ਾਲ ਸੀਗੀ। ਨਹੀਂ ਅਸਲ 'ਚ ਗੁਰਦੁਆਰਾ ਸ਼ਬਦ ਇਹ ਲੈਣਾ ਬਾਅਦ 'ਚ ਡਵੈਲਪ ਹੋਇਆ ਗੁਰੂ ਨਾਨਕ ਪਾਤਸ਼ਾਹ ਵੇਲੇ ਧਰਮਸ਼ਾਲੀ ਸੀ। ਧਰਮਸ਼ਾਲੀ ਪਰ ਧਰਮਸ਼ਾਲ ਦਾ ਸਰੂਪ ਬੜਾ ਵੱਖਰਾ ਸੀ। ਹਮ ਹਮ। ਗੁਰੂ ਨਾਨਕ ਪਾਤਸ਼ਾਹ ਵੇਲੇ ਦੀ ਧਰਮਸ਼ਾਲ ਸੀ। ਉਹ ਚਾਰ ਪਾਵਿਆਂ ਤੇ ਡਿਪੈਂਡੈਂਟ ਸੀ। ਉਹ ਚਾਰ ਪਾਵੇ ਜਿਹੜੇ ਬੜੇ ਕਮਾਲ ਦੇ ਸੀ ਜੀ ਜੀ ਦੱਸੋ ਜੀ ਇੱਕ ਪਾਵਾ ਧਰਮ ਦਾ ਸੀ ਹਮ ਇੱਕ ਪਾਵਾ ਸੇਤ ਦਾ ਸੀ ਹਮ ਸੇਤ ਵਾਲੇ ਪਾਵੇ ਚਿਕਿਤਸਾਲ ਕਹਿੰਦੇ ਸੀ ਹਮ ਹਮ ਇੱਕ ਪਾਵਾ ਲਾਇਬ੍ਰੇਰੀ ਦਾ ਸੀ ਵਾ 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 ਉਹਨੂੰ ਪੁਸਤਕਸਾਲ ਕਹਿੰਦੇ ਸੀ ਹਮ ਹਮ ਇੱਕ ਪਾਵਾ ਪੜਾਉਣ ਦਾ ਪੜਾਉਣ ਦਾ ਸੀ ਉਹਨੂੰ ਪਾਠਸਾਲ ਕਹਿੰਦੇ ਸੀ ਹਮ ਹਮ ਛਾਟਸਾਲ ਵੀ ਕਹਿੰਦੇ ਸੀ ਪੁਸਤਕਸਾਲ ਚਿਕਿਤਸਾਲ ਪਾਠਸਾਲ ਤੇ ਧਰਮਸਾਲ ਇਹ ਚੌਹ ਪਾਵੇ ਤੇ ਮੱਜਾ ਢੈਂਦਾ ਹਾਂਜੀ ਧਰਮ ਦੇ ਮੰਜੇ ਨੂੰ ਤੁਸੀਂ ਤਿੰਨ ਪਾਵੇਂ ਵਾਲਾ ਮੰਜਾ ਨਹੀਂ ਬਣਾ ਸਕਦੇ ਜਾਂ ਇੱਕ ਪਾਵੇਂ ਵਾਲਾ ਮੰਜਾ ਵੇਖਿਆ ਕਦੇ ਵਾਹ 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 ਬਹੁਤ ਸੋਹਣੀ ਗੱਲ ਜੀ ਬਹੁਤ ਸੋਹਣੀ ਗੱਲ ਅੱਜ ਅਸੀਂ ਇਹ ਪਾਵੇਂ ਤੋੜ ਦਿੱਤੇ ਵੱਖਰੇ ਵੱਖਰੇ ਕਰ ਦਿੱਤੇ ਪਾਵੇਂ ਐਗਜ਼ਿਸਟ ਕਰਦੇ ਆ ਪਰ ਮੰਝਾ ਗਿਸਟ ਨਹੀਂ ਕਰਦਾ ਬਿਲਕੁਲ ਸੋਹਣੀ ਗੱਲ ਹੈ ਗੁਰਦੁਆਰਾ ਸਾਹਿਬ ਚ ਹੁਣ ਸਿਰਫ ਆਪਾਂ ਮੱਥਾ ਟੇਕਦੇ ਆ ਜਾਂ ਮਸਜਿਦ ਦੇ ਵਿੱਚ ਸਿਰ ਨਮਾਜ਼ ਪੜ ਸਕਦੇ ਆ ਹਾਂ ਲੇਕਿਨ ਹਕੀਕਤ ਵਿੱਚ ਤੁਸੀਂ ਵੇਖੋ ਕਿੰਨੀ ਸੋਹਣੀ ਗੱਲ ਕੀਤੀ ਕਿ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜੋ ਕਿ ਯੂਨੀਵਰਸਿਟੀਆਂ ਦੇ ਵਿੱਚ ਹੁੰਦੀਆਂ ਨੇ ਉਹ ਸਾਰਾ ਕੁਝ ਗੁਰੂਕਾਰ ਉਹ ਕੰਪੋਜ਼ਿਟ ਕੰਪੋਜ਼ਿਟ ਕਲਚਰ ਸੀ ਉਹ ਮਨੂੰ ਜਿਵੇਂ ਕਹਿੰਦੇ ਨਾ ਗੁਰਬਾਣੀ ਚੋਂ ਆਉਂਦਾ ਕਿ ਬਿਰਖੇ ਸਭ ਜਨ ਤੇ ਇਕੱਠੇ ਵਾਹ ਵਾਹ ਇੱਕ ਫਿੱਕੇ ਇਕ ਬੋਲਣ ਮਿੱਠੇ ਵਾਹ ਸਾਰਾ ਕੁਝ ਉਹਦੇ ਥੱਲੇ ਇੱਕ ਅੰਡਰ ਇੱਕ 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 ਅੰਬ੍ਰੇਲਾ ਦੇ ਥੱਲੇ ਸਾਰਾ ਕੁਝ ਹ ਉਕੋਨਾ ਦਰਬਾਰ ਸਾਹਿਬ ਦੇ ਵਿੱਚ ਕੁਸ਼ਤੀਆਂ ਕਬੱਡੀਆਂ ਹੁੰਦੀਆਂ ਰਹੀਆਂ ਛੇਵੇਂ ਪਾਤਸ਼ਾਹ ਦੇ ਦੌਰ ਚ ਮਲਯੁੱਤ ਮਲਯੁੱਤ ਇਸ ਤੋਂ ਬਿਨਾਂ ਜਿਹੜੀ ਸਾਡੀ ਫਿਜ਼ੀਕਲ ਫਿਟਨੈਸ ਹੈ ਉਹਦੇ ਤੇ ਸਾਰੇ ਗੁਰੂ ਸਾਹਿਬਾਨ ਨੇ ਬੜਾ ਜ਼ੋਰ ਦਿੱਤਾ ਗਤਕਾ ਬਾਜ਼ੀ ਨੇਜ਼ਾ ਬਾਜ਼ੀ ਮਲਯੁੱਤ ਤੁਹਾਡਾ ਜਿਹੜਾ ਜਿਹੜਾ ਬਾਕੀ ਸਾਰਾ ਵਿਹਾਰ ਹੈ ਜ਼ਿੰਦਗੀ ਦਾ ਕਸਰਤ ਦਾ ਵਿਹਾਰ ਹੈ ਮਤਲਬ ਉਹਦੇ ਚ ਇੱਕ ਇੱਕ ਸਾਉਂਡ ਮਾਈਂਡ ਇਸ ਆਨ ਬਾਡੀ ਜੀ ਹੋਣਾ ਨਾ ਅੱਛਾ ਇਹ ਇੱਕ ਇਹ ਗੱਲ ਦੱਸੋ ਕਿ ਕਿਉਂ ਸਿਰਫ ਗੁਰਦੁਆਰੇ ਦੋ ਚੀਜ਼ਾਂ ਤੇ ਰਹਿ ਗਏ ਇੱਕ ਲੰਗਰ ਔਰ ਦੂਸਰਾ ਗੁਰੂ ਘਰ ਕਿ ਜਿਹਨ ਤੇ ਗਿਆਨ ਅਧਾਰਿਤ ਸੋਸਾਇਟੀ ਡਵੈਲਪ ਨਹੀਂ ਹੁੰਦੀ ਹੂੰ ਹੂੰ ਉਹਨਾਂ ਚਿਰ ਅਸੀਂ ਸਿਰਫ ਖਾਓ ਪੀਓ ਐਸ਼ ਕਰੋ ਮਿੱਤਰੋ ਤੇ ਡਿਪੈਂਡ ਹੋਵਾਂਗੇ ਹੂੰ ਹੂੰ ਬਹੁਤ ਹੀ ਲੱਖਾਂ ਲੋਕਾਂ ਨੂੰ ਮਾਫ਼ ਕਰਨਾ ਮੇਰੇ ਹਿੰਦੁਸਤਾਨ ਵਾਲੇ ਪੰਜਾਬ ਦੇ ਜਿਹਨਾਂ ਨੂੰ ਮੈਂ ਜਾਣਦਾ ਪਰਿਵਾਰਕ ਦੋਸਤਾਂ ਨੂੰ ਜਾਣਦਾ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੂੰ ਹੂੰ ਕਿ ਰਿਚੂਅਲ ਜਿਹੜੀਆਂ ਰਸਮਾਂ ਨੇ ਹੂੰ ਹੂੰ ਉਹ ਧਰਮ ਦੀਆਂ ਵੈਰੀ ਨੇ ਬਿਲਕੁਲ ਮਾਫ ਕਰਨਾ ਹੂੰ ਹੂੰ ਲਗਭਗ ਸਾਰੇ ਟਰਮਾ ਇਹੀ ਹਾਲ ਹੈ ਹੂੰ ਜਿਵੇਂ ਕਿਸੇ ਦਰਖਤ ਤੇ ਅਮਰਵੈਲ ਚੜ ਜਾਂਦੀ ਹੈ ਨੰਬਰਵੈਲ ਜਿਹਨੂੰ ਕਹਿੰਦੇ ਆ ਪੀੜੀ ਤਾਰ ਵਾਲੀ ਵੇਲ ਅਲਟੀਮੇਟਲੀ ਦਰਖਤ ਨੂੰ ਸੁਕਾ ਦਿੰਦੀ ਹੈ ਹਾਂਜੀ ਕੋਈ ਜੜ ਕੋਈ ਨਹੀਂ ਹੁੰਦੀ ਹੂੰ ਹੂੰ ਆਧਾਰ ਕੋਈ ਨਹੀਂ ਹੁੰਦਾ ਮਾਹੌਲ ਹੁੰਦਾ ਵਾਹ ਇੱਕ ਵਾਰੀ ਚੜ ਜਾਵੇ ਪੱਤੇ ਝਟ ਜਾਂਦੀ ਹੈ ਟਾਹਣੀਆਂ ਸੁਕਾ ਦਿੰਦੀ ਹੈ ਇਸ ਵੇਲੇ ਸਾਰੇ ਟਰਮਾ ਤੇ ਅਮਰਵੈਲ ਚੜੀ ਹੋਈ ਹੈ ਤੁਹਾਡੇ ਕੋਲ ਮੈਂ ਇੱਕ ਹੋਰ ਬੜਾ ਅਹਿਮ ਸਵਾਲ ਕਰਾਂਗਾ ਤੁਹਾਡੀ ਰਚਨਾਵਾਰੇ ਜੋ ਜੋ ਤੁਸੀਂ ਲਿਖਤਾਂ ਨੇ ਤੁਹਾਡੀਆਂ ਉਹਦੇ ਬਾਰੇ ਕਿ ਤੁਸੀਂ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਤੁਹਾਡੀਆਂ ਛਪ ਚੁੱਕੀਆਂ ਹਨ लवली ਜੀ ਮੇਰੀ ਪਹਿਲੀ ਕਿਤਾਬ 178 ਛਪੀ ਸੀ ਓਹੋ ਸਬਰਦਸ 44 ਸਾਲ ਪਹਿਲੇ ਵੈਸੇ ਤੁਸੀਂ 50 ਸਾਲ ਆਪਣਾ ਤੁਹਾਡੀ ਉਮਰ 70 ਸਾਲ ਲੱਗਦੀ ਨਹੀਂ ਹੈਗੀ 70 ਹੈ ਵੀ ਨਹੀਂ ਅਜੇ ਸੋ ਇੱਕ ਘਟ ਹੈ ਜੀ ਜੀ ਤੁਸੀਂ ਥੋੜਾ ਜਿਹਾ ਆਪਣਾ ਪਾਰ ਘਟਾ ਲਓ ਨਾ ਤੁਸੀਂ ਮੇਰੇ ਨਾਲ ਜਵਾਨ ਲੱਗੋਗੇ ਮੇਰੇ ਸਰੀਰ ਦਾ ਭਾਰ ਤਾਂ ਚਲ ਰਿਹਾ ਹੈ ਮਨ ਤੇ ਭਾਰ ਵੀ ਬਹੁਤ ਹੈ ਆਏ ਹਾਏ ਹਾਏ ਇਹ ਕਿਤਾਬ ਕੀਤਾ ਕੱਖ ਵੀ ਨਹੀਂ ਤੇ ਜੇ ਜ਼ਿੰਦਗੀ ਇਥੋਂ ਤੱਕ ਪਹੁੰਚ ਵੀ ਗਈ ਹੈ ਹਮ ਇਸ ਗੱਲ ਦਾ ਭਾਰ ਵੀ ਬੰਦ ਤੇ ਐਵੇਂ ਕਹਾਂ ਤੈਨੂੰ ਮੈਂ ਹਾਏ ਹਾਏ ਬਾਕੀ 77 ਚ ਮੇਰੀ ਪਹਿਲੀ ਕਿਤਾਬ ਛਪੀ ਸੀ ਹਮ ਅਗਸਤ 2 ਉਸਤਨ ਹਮ ਇਹਦੀ ਮੇਰੀ ਪਹਿਲੀ ਕਿਤਾਬ ਆਈ ਸੀ ਸ਼ੀਸ਼ਾ ਝੂਠ ਬੋਲਦਾ ਸ਼ੀਸ਼ਾ ਝੂਠ ਬੋਲਦਾ ਵਾਹ ਵਾਹ ਦੂਸਰੀ ਕਿਤਾਬ ਸੀ ਹਰ ਤੁਖ ਦਾ ਪਿੰਡ ਮੇਰਾ ਹੈ ਹਮ ਉਹ 185 ਛਪੀ ਸੀ ਹਮ ਫਿਰ 92 ਛਪੀ ਸੀ ਬੋਲ ਮਿੱਟੀ ਦਾ ਬਾਪਿਆ ਹੂੰ ਹੂੰ ਫਿਰ ਮੇਰੀ ਕਿਤਾਬ ਛਪੀ 2000 ਦੇ ਵਿੱਚ ਅਗਨ ਕਥਾ ਅਗਨ ਕਥਾ ਤਿੰਨ ਦੇ ਵਿੱਚ ਛਪੀ ਮੇਰੀ ਕਿਤਾਬ ਮਨ ਦੇ ਬੂਹੇ ਵਾਰੀਆਂ ਵਾਹ ਜੀ ਔਰ ਖੈਰ ਪੰਜਾਬ ਪਾਣੀ ਦੀ 2004 ਛਪੀ ਜਿਹੜੀ ਹਿੰਦੂ ਹਿੰਦੂ پاک ਦੋਸਤੀ ਦੇ ਸਿਰਲੇਖ ਚ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਮੇਰੀ ਕਿਤਾਬ ਆਈ ਹੈ 2005 ਦੇ ਵਿੱਚ ਹੂੰ ਹੂੰ ਧਰਤੀ ਨਾਦ ਹੂੰ ਹੂੰ ਫਿਰ 13 ਚਾਈਏ ਮਨ ਤੰਦੂਰ ਵਾਹ ਮਨ ਤੰਦੂਰ ਹਾਂ ਬਹੁਤ ਸੋਹਣਾ 16 ਚਾਈ 15 ਚਾਈ ਫਿਰ ਮੇਰੀ ਗੁਲਨਾਰ ਹਮ ਨਾਰ ਦੇ ਫੁੱਲ ਜਿਹਨੂੰ ਆਪਾਂ ਕਹਿੰਦੇ ਹਮ 17 ਚਾਈ ਫਿਰ ਮੇਰੀ ਮਿਰਗਾਬਲੀ ਹਮ ਹਮ ਤੇ 18 ਚਾਹੀਏ 라ਵੀ ਹਮ ਹਮ ਜਿਹੜੀ ਸ਼ਾਮੁਖੀ ਜਿਹਦਰ ਸਾਜ ਸਾਜ ਵਾਲੇ دوست ਨੇ ਛਾਪੀ ਅਸ ਅੱਛਾ ਮੇਰਾਸ ਨੇ ਜੀ ਤੇ ਪਿਛਲੇ ਸਾਲ ਮੇਰੀ ਕਿਤਾਬ ਵਿੱਚ ਸੁਰਤਾਲ ਜੀ ਦਾ ਸ਼ਾਮੁਖੀ ਰੂਪ ਹੋਣੇ ਆਸਿਫ ਰਜ਼ਾ ਨੇ ਕਰਕੇ ਤੇ ਤੇ ਤਾਂ ਸਾਨੂੰ ਤੇ ਮੈਂ ਉਹ ਇਥੇ ਹੂੰ ਰੂਨ ਬਾਈ ਕੀਤੀ ਪਰਸੋਂ ਸੁਰਤਾਲ ਸੁਰਤਾਲ 13 13 ਕਿਤਾਬਾਂ ਇਹ ਬਣਦੀਆਂ 16 ਕਿਤਾਬਾਂ 16 ਕਿਤਾਬਾਂ ਦੇ ਵਿੱਚ ਨਫਾ ਤੁਸੀਂ ਠੀਕ ਠੀਕ ਸਹੀ ਸਹੀ ਜ਼ਿਆਦਾਤਰ ਤੁਸੀਂ ਉਰਦੂ ਪਾਸ਼ਾ ਵੀ ਜਾਣਦੇ ਹੋ ਜਾਂ ਗੁਰਮੁਖੀ ਨਹੀਂ ਮੈਂ ਸਿਰਫ ਗੁਰਮੁਖੀ 'ਚ ਲਿਖਦਾ ਹੂੰ ਹੂੰ ਪਰ ਇਹ ਆ ਕਿ ਜਿੰਨਾ ਵੀ ਕੰਮ ਸ਼ਮੁਖੀ 'ਚ ਹੋਇਆ ਹੋਇਆ ਹੂੰ ਹੂੰ ਉਤੋਂ ਬਹੁਤ ਸਾਰੇ ਕਿਤਾਬਾਂ ਮੈਂ ਟਰਾਂਸਕ੍ਰਿਪਟ ਕਰਵਾ ਕੇ ਹੂੰ ਹੂੰ ਲਿਪੀ ਅਨਤਰ ਕਰਾ ਕੇ ਪੰਜਾਬੀ 'ਚ ਕੁਝ ਾਪਣ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੀ ਕੋਸ਼ਿਸ਼ ਨਾਲ ਹੀ ਘਟੂ ਘਟ ਹੁਣ ਤੱਕ 15 ਦੇ ਕਰੀਬ ਕਿਤਾਬਾਂ ਜਿਹੜੀਆਂ ਨੇ ਉਹ ਆ ਸ਼ਾਹਮੁਖੀ ਤੋਂ ਗੁਰਮੁਖੀ ਚ ਹੋਈਆਂ ਨੇ ਜਿਹਦੇ ਚ ਆ ਕਿਤਾਬ ਸਭ ਤੋਂ ਮਹੱਤਵਪੂਰਨ ਕਿਤਾਬ ਹੈ ਪਾਲ ਬਖਸ਼ ਕੁਸ਼ਤਾ ਹੋਰਾਂ ਦੀ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਉਹ ਪਾਕਿਸਤਾਨ 56 ਦੇ ਵਿੱਚ ਤੇ ਉਹ 210 ਦੀ ਇੱਕ ਇੱਕ ਵਾਰ ਵੀ ਗੁਰਮੁਖੀ ਚ ਨਹੀਂ ਸੀ ਛਪੀ ਉਹ ਮੈਂ ਉਹਨੂੰ ਪ੍ਰਦਾਨ ਸੀ ਪੰਜਾਬੀ ਸਾਹਿਤ ਕਾਡ ਮਿਉ ਲੁਧਿਆਣਾ ਦਾ ਉਦੋਂ ਅਸੀਂ ਉਸ ਨੂੰ ਛਾਪਿਆ ਸੀ ਵੱਡੀ ਕਿਤਾਬ ਹੈ 692 ਦੀ ਹੂੰ ਹੂੰ ਫਿਰ ਹਬੀਬ ਜ਼ਾਲਮ ਸਾਹਿਬ ਦੀ ਚੌਥੀ ਪੰਜਾਬੀ ਸ਼ਾਇਰੀ ਜਿਹੜੀ ਉਹ ਅਸੀਂ ਛਾਪੀ ਹੂੰ ਫੈਜ਼ ਅਮਦ ਫੈਜ਼ ਉਹਨਾਂ ਦੋ ਕਿਤਾਬਾਂ ਛਾਪੀਆਂ ਵਾਹ ਫਿਰ ਇਸੇ ਤਰ੍ਹਾਂ ਨਾਲ ਹੀ ਸਾਡੇ ਤੁਹਾਡੇ ਇਥੋਂ ਦੇ ਸੁਲਤਾਨ ਖ਼ਾਰ ਵੀ ਇੱਕ ਸ਼ਾਇਰ ਨੇ ਬੜੇ ਅੱਛੇ ਜੰਦਾਬਦ ਉਹਨਾਂ ਦੀ ਬਾਲ ਬਲੂਨ ਦੀ ਕਿਤਾਬ ਹੈ ਬਾਲ ਸਾਇਤ ਦੀ ਉਹ ਪਬਲਿਸ਼ ਕੀਤੀ ਫਿਰ ਸਾਡੇ ਅੱਥੇ ਧਿਆਨ ਦੇ ਵਿੱਚ ਆਇਆ ਕਿ ਬਾਬਾ ਨਜ਼ਮੀ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਚੇਤਨਾ ਪ੍ਰਕਾਸ਼ਨ ਦੇ ਸ਼ਾਫੀਓ ਦਾ ਪ੍ਰੀਫੇਸ ਮੈਂ ਲਿਖਿਆ ਤੇ ਹੁਣ ਉਹ ਦੂਸਰਾ ਐਡੀਸ਼ਨ ਇਥੇ ਲੈ ਕੇ ਆਏ ਨੇ ਦੋਸਤ ਇਸੇ ਤਰ੍ਹਾਂ ਹੀ ਆਪਣੇ ਕੁੜੀ ਕੀ ਨਾਮ ਉਹਦਾ ਤਾਹਿਰਾ ਸਰਾ ਜੀ 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 ਉਹਦੀ ਕਿਤਾਬ ਸ਼ੀਸ਼ਾ ਹਮ ਹਮ ਤਰਲੋਕ ਵੀਰ ਹੋਰਾਂ ਨੇ ਟਰਾਂਸਲੇਟ ਕੀਤੀ ਜੀ ਉਹਦਾ ਦੂਸਰਾ ਐਡੀਸ਼ਨ ਵੀ ਆਜੀ ਲੋਕਾ ਕਰਪਨ ਕੀਤਾ ਸੀ ਰੂਨ ਬਾਈ ਕੀਤੀ ਉਸਤੇ ਇਸ ਤਰ੍ਹਾਂ ਨਾਲ ਹੀ ਅਸੀਂ ਆਪਣੇ ਅਫਜ਼ਲ ਸਾਹਿਰ ਦੀ ਕਿਤਾਬ ਜੀ ਜੀ ਅ ਜਿਤਨਾ ਪ੍ਰਕਾਸ਼ਨ ਨੂੰ ਲਾਂ ਪਬਲਿਸ਼ ਹੋਈ ਹੈ ਤੇ ਹੁਣ ਅਸੀਂ ਹੁਣੇ ਪਾਸ ਕਰਕੇ ਆਏ ਆ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਦੀ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਆ ਕਿ ਪੋਠੋਹਾਰੀ ਲੋਕ ਗੀਤਾਂ ਦੀ ਇੱਕ ਕਿਤਾਬ ਵਾਹ ਜੀ ਅਸੀਂ ਟਾਸਕ ਚੁੱਕਵਾ ਰਹੇ ਆ ਲਿਪੀਰਤਰ ਕਰਵਾ ਰਹੇ ਆ ਬਹੁਤ ਵੱਡੀ ਕਮਿਊਨਿਟੀ ਇਸ ਤਰ੍ਹਾਂ ਵਾਲੀ ਆ 300 ਸਾਲਾਂ ਜਸ਼ਨ ਹੋਣੇ ਨੇ ਬਾਬਾ ਬਰਤ ਸ਼ਾਹ ਜੀ ਜੀ ਤੇ ਉਹਨਾਂ ਤੇ ਵੀ ਅਸੀਂ 5 ਕਿਤਾਬਾਂ ਪਲਾਨ ਕੀਤੀਆਂ ਨੇ ਕੀ ਬਾਤ ਹੈ ਇੱਕ ਤਾਂ ਪੰਜਾਬੀ ਕਿੱਸਾ ਸੂਚੀ ਬਣਾ ਰਹੇ ਆ ਜਿੰਨੇ ਕਿਸੇ ਹੁਣ ਤੱਕ ਲਿਖੇ ਗਏ ਨੇ ਕਿਸੇ ਵੀ ਹੱਥ ਨੇ ਲਿਖੇ ਨੇ ਉਹਦਾ ਪ੍ਰਕਾਸ਼ਨ ਸਾਲ ਕਿਸਸਾ ਕਿਸ ਸਬਜੈਕਟ ਤੇ ਹੈ ਤੇ ਉਹ ਸੂਚੀ ਉਹ ਵੀ ਪੁਸਤਕਕ ਸ਼ਾਪ ਰਹੀ ਸੀ ਬਾਰਤ ਸ਼ਾਹ ਸਾਹਿਬ ਦੀ 300 ਜਿਹੜੀ ਹੈ ਜਨਮ ਸ਼ਤਾਬ ਦੀ ਉੱਤੇ ਜੀ ਜੀ ਅੱਛਾ ਤੁਸੀਂ ਇਸ ਸ਼ਾਇਰੀ ਦੇ ਵੱਲ ਤੁਹਾਡੀ ਜਿਹੜੀ ਹੈ ਕਿਸ ਤਰ੍ਹਾਂ ਤੁਸੀਂ ਆਏ ਤੁਹਾਨੂੰ ਕੋਈ ਮਾਹੌਲ ਇਹਦੇ ਵੱਲ ਖਿੱਚ ਕੇ ਲੈ ਕੇ ਆਂਦਾ ਜਾਂ ਐਕਸੀਡੈਂਟਲੀ ਆਏ ਜਾਂ ਫਿਰ ਬਚਪਨ ਦੇ ਸ਼ੌਕ ਜੀ ਮੇਰੇ 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 ਨਾ ਜੋ ਘਰ ਦੇ ਵਿੱਚ ਮੇਰੇ ਭਰਾਵਾਂ ਭੈਣਾਂ ਤੋਂ ਬਿਨਾ ਹਮ ਹਮ ਮੇਰੇ ਚਾਚੀ ਜੀ ਨੂੰ ਪੜਨ ਦਾ ਬਹੁਤ ਸ਼ੌਕ ਸੀ ਹਮ ਹਮ ਚਾਚੀ ਜੀ ਹਰਦੀਪ ਕੌਰ ਨੂੰ ਬਹੁਤ ਸ਼ੌਕ ਸੀ ਹਮ ਹਮ ਉਹ ਅਕਸਰ ਨਾਵਲ ਖਾਸ ਕਰਕੇ ਨਾਨਕ ਸਿੰਘ ਰਾਂ ਦੇ ਹਮ ਹਮ ਮੈਨੂੰ ਯਾਦ ਹੈ ਕਿ ਨਾਨਕ ਸਿੰਘ ਦਾ ਨਾਵਲ ਜਿਹੜਾ ਇੱਕ ਮਿਆਂ ਦੋ ਤਲਵਾਰਾਂ ਹੈ ਹਮ ਹਮ ਉਹ ਉਹਦੇ ਵਿੱਚ ਪੋਇਟਰੀ ਦੇ ਟੋਟੇ ਬਹੁਤ ਸੀ ਕਦਰ ਪਾਰਟੀ ਦੇ ਗਰਵਦਾਰ ਦੇ ਹਮ ਹਮ ਤੇ ਜਦੋਂ ਉਹ ਹਿੱਸਾ ਆ ਜਾਂਦਾ ਸੀ ਤੇ ਗਾ ਕੇ ਸੁਣਾ ਦਿੰਦੇ ਸੀ ਮੈਨੂੰ ਮੇਰੇ ਬਚਪਨ ਵਾਲੀਆਂ ਗੱਲਾਂ ਨੇ ਹਮ ਹਮ ਤੇ ਉਹ ਅਕਸਰ ਰੂਪ ਪਸੰਦ ਦਾ ਕਿੱਸਾ ਪੂਰਨ ਪਗਦਾ ਕਿੱਸਾ ਵਾਹ ਉਹ ਕਸਾ ਸੁਣਾਉਂਦੇ ਹੁੰਦੇ ਸੀ ਫਿਰ ਜਦੋਂ ਮੈਂ 7ਵੀਂ 8ਵੀਂ ਵਿੱਚ ਪੜ੍ਹਨ ਲੱਗਿਆ ਤਾਂ ਸਾਡੇ ਪਿੰਡ ਲਾਇਬ੍ਰੇਰੀ ਹੂੰ ਹੂੰ ਪੰਚਾਇਤ ਨੇ ਜਲਪ ਕੀਤੀ ਮੇਰੇ ਵੱਡੇ ਵੀਰ ਸਪੰਸਰਾਂ ਦੀ ਡਿਊਟੀ ਲਾਈ ਉਹ ਤੋਂ ਪੜ੍ਹਦੇ ਸੀ ਬਟਾਲੇ ਪੇਰਿੰਗ ਯੂਨੀਵਰਸਿਟੀ ਕਾਲਜ 'ਚ ਹੂੰ ਤੇ ਉਹ ਕਿਤਾਬਾਂ ਵੀ ਜਿਹੜੀਆਂ ਨੇ ਮੈਂ ਹੌਲੀ ਹੌਲੀ ਲਗਭਗ ਸਾਰੀਆਂ ਪੜ੍ਹ ਲਈਆਂ 60 70 ਕਰਦਾ ਬਸ ਵਾਹ ਵਾਹ ਉਹਨਾਂ ਇੰਟਰਸਟ ਜ ਬਣ ਗਿਆ ਹੂੰ ਕਿ ਬਾਕੀ ਸਾਡੇ ਘਰ ਪ੍ਰੀਤਲੀ ਮੈਗਜ਼ੀਨ ਜਿਹੜਾ ਸੀ ਉਹ ਆਉਂਦਾ ਸੀ ਹੂੰ ਹੂੰ ਆ ਦੇਸ਼ ਭਗਤੀ ਆਦਾਂ ਸੀ ਉਹ ਆਉਂਦਾ ਸੀ ਵਾਹ ਅਜੀਤ ਅਖਬਾਰ ਜਿਹੜਾ ਵੀਕਲੀ ਉਹਦਾ ਐਡੀਸ਼ਨ ਸੀ ਉਹ ਸਾਡੇ ਘਰ ਡਾਕਰੇ ਆਉਂਦਾ ਸੀ ਸੋ ਉਹਨੂੰ ਪੜਦਿਆਂ ਪੜੋਦਿਆਂ ਸਵਾਦ ਆ ਗਿਆ ਕਿ ਇਹ ਚੰਗਾ ਕੰਮ ਹੈ ਉਹ ਤੋਂ ਬਾਅਦ ਚੀਜ਼ੇ ਚੰਗੇ ਮਿਲ ਗਏ ਜਿਨ੍ਹਾਂ ਚੋਂ ਡਾਕਟਰ ਐਸਪੀ ਸਿੰਘ ਦਾ ਨਾਮ ਹੈ ਬੜੇ ਮਾਣ ਨਾਲ ਲੈਣਾ ਮੇਰੇ ਅਧਿਆਪਕ ਸੀ ਉਹਨਾਂ ਨੇ ਪੜਨ ਦੀ ਜਾਂਚ ਖਾਈ ਵਾਹ ਸਿਸਟਮੈਟਿਕ ਪੜਨ ਦੀ ਜਾਂਚ ਖਾਈ ਆਪ ਚੰਗੇ ਕਰਾਵਾ ਪੜਦੇ ਸੀ ਸਾਨੂੰ ਦਿੰਦੇ ਸੀ ਪੜਨ ਵਾਸਤੇ ਔਰ ਮੈਂ ਮੇਰਾ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਇੱਕ ਗੀਤਕਾਰ ਹੈ ਬਹੁਤ ਵੱਡਾ ਪੰਜਾਬ ਦੇ ਵਿੱਚ ਅਸੀਂ ਦੋਵੇਂ ਆਪਸ ਦੇ ਵਿੱਚ ਮੁਕਾਬਲੇਬਾਜ਼ੀ ਚ ਕਿਤਾਬਾਂ ਪੜਦੇ ਹੁੰਦੇ ਸੀ ਵਾ 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 ਇਹਦੇ ਪੜਦੇ ਪੜਦੇ ਲਿਖਣ ਲੱਗ ਗਏ ਲਿਖਦੇ ਲਿਖਦੇ ਤੇਰੇ ਕੋਲ ਆ ਗਏ ਇੱਕ ਤੁਹਾਡੀ ਰਚਨਾਵਾਂ ਬਾਰੇ ਆਖਰੀ ਕੁਐਸਚਨ ਇੱਕ ਲਿਖਾਰੀ ਜਿਹੜਾ ਹੁੰਦਾ ਹੈ ਉਹ ਰੱਬ ਦੇ ਕਿੰਨਾ ਕੁ ਕਰੀਬ ਹੁੰਦਾ ਕਿਉਂਕਿ ਜਿਹੜੀ ਸ਼ਾਇਰੀ ਹੈ ਜਿਹੜੀ ਕਵਿਤਾ ਹੈ ਜਦੋਂ ਆਪਾਂ ਪੜਦੇ ਆ ਕਿ ਵੇਖੋ ਜਿੰਨੇ ਵੀ ਪੰਜਾਬ ਦੇ ਵੱਡੇ ਬਲਕਿ ਦੁਨੀਆਂ ਦੇ ਜਿੰਨੇ ਵੀ ਐਸੇ ਲੋਕ ਹੋਏ ਨੇ ਵਾਰਿਸ ਸ਼ਾ ਬਾਬਾ ਬੁੱਲੇ ਸ਼ਾ ਇਸੇ ਤਰ੍ਹਾਂ ਬਾਬਾ ਗੁਰੂ ਨਾਨਕ ਜੀ ਹੋਰ ਜਿਹੜੇ ਇਸ ਤਰ੍ਹਾਂ ਜਿਨ੍ਹਾਂ ਨੇ ਕਵਿਤਾ ਰਾਹੀਂ ਲਿਖਿਆ ਉਹਨਾਂ ਨੇ ਸਿਰਫ ਇਹਨੂੰ ਹੀ ਕਿਉਂ ਚੁਣਿਆ ਇਹਨੂੰ ਹੀ ਕਿਉਂ ਸ਼ਾਇਰੀ ਨਹੀਂ ਹੋਈ ਕਿਉਂ ਆਪਣਾ ਰਾਸਤਾ ਬਣਾਇਆ ਰੱਬ ਨੇ ਨੇੜੇ ਨਹੀਂ ਹੁੰਦੇ ਹਮ ਹ ਇਹ ਨਿੱਕੇ ਨਿੱਕੇ ਰੱਬ ਹੁੰਦੇ ਆ ਵਾ 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 ਕੀ ਬਾਤ ਬਾਬਾ ਬੁੱਲੀ ਸ਼ਾ ਨਿਕਾ ਜ ਰੱਬ ਸੀ ਵਾਹ ਸ਼ਾਹ ਸੈ ਨਿਕਾ ਜ ਰੱਬ ਸੀ ਹਮ ਬਾਬਾ ਵਾਰਿਸ ਨਿਕਾ ਜ ਰੱਬ ਸੀ ਹਾਂ ਹਾਂ ਕਾਦਰ ਯਾਰ ਨਿਕਾ ਜ ਰੱਬ ਸੀ ਹਮ ਫਜ਼ਲ ਸ਼ਾ ਨਿਕਾ ਜ ਰੱਬ ਸੀ ਮੀਆਂ ਮਵਿਵਕ ਸਾਹਿਬ ਨਿੱਕੇ ਜਿਹੇ ਰੱਬ ਨੇ ਹੂੰ ਹੂੰ ਰੱਬ ਸੰਕਲਪ ਹੈ ਹੂੰ ਕਨਸੈਪਟ ਹੈ ਹੂੰ ਉਹ ਸਾਨੂੰ ਤੋਰਦਾ ਹੈ ਸ਼ਕਤੀ ਦਿੰਦਾ ਹੈ ਇਹ ਵੀ ਸਾਨੂੰ ਊਰਜਾ ਦਿੰਦੇ ਸ਼ਕਤੀ ਦਿੰਦੇ ਨੇ એનર્ਜੀ ਦਿੰਦੇ ਨੇ ਰਾਹ ਦੱਸਦੇ ਨੇ ਉਂਗਲ ਫੜ ਕੇ ਤੁਰਦੇ ਨੇ ਇਹ ਗੱਲ ਬਕਰੀ ਕਿਸੀ ਕਿਦੀ ਉਂਗਲ ਫੜ ਕੇ ਕਿੱਧਰ ਨੂੰ ਜਾਣਾ ਵਾਹ ਜੀ ਵਾਹ ਵਾਹ ਜੀ ਬਾਬਾ ਫਰੀਦ ਤੋਂ ਵੱਡਾ ਰੱਬ ਕਿਹੜਾ ਵਾਹ ਜੀ ਕਬੀਰ ਤੋਂ ਵੱਡਾ ਰੱਬ ਕਿਹੜਾ ਰਵਿਦਾਸ ਤੋਂ ਵੱਡਾ ਰੱਬ ਕਿਹੜਾ ਮੇਰੇ ਗੁਰਨਾਨਕ ਪਾਤਸ਼ਾਹ ਤੋਂ ਵੱਡਾ ਰੱਬ ਕਿਹੜਾ ਹਮ ਹਮ ਕੀ ਬਾਤ ਮੇਰੇ ਗੁਰੂ ਜਤਪਾਤਸ਼ਾਹ ਤੋਂ ਵੱਡਾ ਰੱਬ ਕਿਹੜਾ ਹਮ ਹਮ ਹਰ ਧਰਮ ਦੀ ਮर्यादा ਨੂੰ ਮर्याਦਤ ਕਰਨ ਵਾਲਾ ਹਰ ਮਹਾਪੁਰਖ ਜਿਹੜਾ ਸਿਰਜਕ ਹੈ ਹਮ ਹਮ ਉਹ ਨਿਕਾ ਜ ਰੱਬ ਹੈ ਕੀ ਬਾਤ ਰਲਕੇ ਇੱਕ ਵੱਡਾ ਰੱਬ ਬਣਦਾ ਜਿਵੇਂ ਬਹੁਤ ਸਾਰੇ ਅਣੂਤ ਪਰਮਾਣੂ ਬਣਦਾ ਹਮ ਹਮ ਬਹੁਤ ਸੋਹਣੀ ਗੱਲ ਅੱਛਾ ਇਹ ਬਹੁਤ ਸਾਰੇ ਨਾਮ ਤੁਸੀਂ ਜਿਹੜੇ ਲੈ ਨੇ ਪੰਜਾਬੀ ਸ਼ਾਇਰਾਂ ਦੇ ادیਬਾਂ ਦੇ ਤੁਹਾਡੇ ਕੋਲ ਦੂਰ ਦੇ ਕਦੀ ਇਸ ਚੀਜ਼ ਦਾ ਦੁੱਖ ਹੋਇਆ ਗਿਆ ਕੋਣ ਕਹਿੰਦਾ ਦੂਰ ਨਹੀਂ ਯਾਰ ਕਿੱਦਾਂ ਕਹਦੀਆਂ ਗੱਲਾਂ ਕਰੀ ਜਾਂਦਾ ਤੂੰ ਕਿੱਦਾਂ ਦੂਰ ਨੇ ਸਾਡੇ ਤੋਂ ਫਰੀਦ ਮੇਰੇ ਮੱਥੇ 'ਚ ਬੈਠਾ ਵਾਹ ਕਬੀਰ ਮੇਰੇ ਮੋਢੇ ਤੇ ਬੈਠਾ ਹੂੰ ਗੁਰਨਾਨਕ ਪਾਤਸ਼ਾਹ ਸਵੇਰੇ ਤੜਕਸਰ ਅਸਾ ਦੀ ਵਾਰ ਦੇ ਵਿੱਚ ਮੇਰੇ ਮੂੰਹ ਤੇ ਚਪੇੜਾ ਮਾਰਦਾ ਕਰਦਾ ਕੀ ਫਿਰਦਾ ਹੂੰ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਵਾਹ ਜੀ ਵਾਹ ਜੀ ਰਵਿਦਾਸ ਮੈਨੂੰ ਬੇਗਮਪੁਰਾ ਬਸਾਉਣ ਲਈ ਰੋਜ਼ ਕਹਿੰਦਾ ਇਤੇ ਕਿਸੇ ਨੂੰ ਕਿਸੇ ਦਾ ਡਰ ਨਾ ਹੋਵੇ ਹਮ ਹਮ ਵੀ ਮਮ ਬਖਸ਼ਰ ਰੋਜ਼ ਮੈਨੂੰ ਸਮਝਾਉਂਦੇ ਨੇ ਹਮ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ ਆਹਾ ਵਾ ਵਾ ਕੀ ਬਾਤ ਕਾਦਰ ਯਾਰ ਮੈਨੂੰ ਰੋਜ਼ ਦੱਸਦਾ ਹਮ ਕਿ ਮਾਂ ਇਛਾ ਦਾ ਦਰਦ ਕਿਹੋ ਜਿਹਾ ਸੀ ਹਮ ਪੂਰਨ ਦਾ ਪਿਛੋੜਾ ਉਹਨੂੰ ਕਿਵੇਂ ਖਾ ਗਿਆ ਅੰਦਰੋਂ ਮੈਂ ਵੀ ਲੈ ਆਵਾ ਦਾਰੂ ਅੱਖੀਆਂ ਦਾ ਪੂਰਨ ਛੱਡਣ ਲੱਗਿਆ ਸੁਆਦ ਕੋਈ ਹਮ ਵੀ ਰੋਜ਼ ਬਰਬਰਸ ਬਾਬਾ ਰੋਜ਼ ਕਹਿੰਦਾ ਵੀ ਭਾਈ ਗਿਆ ਜਿਹੜੀ ਕਈ ਹਾਰ ਨਹੀਂ ਵਾ 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 ਮੈਨੂੰ ਹਾਸ਼ਮ ਰੋਜ ਸਮਝਾਉਂਦਾ ਹੈ ਮੈਨੂੰ ਸ਼ਿਵ ਕੁਮਾਰ ਰੋਜ ਪੜਾਉਂਦਾ ਹੈ ਯਾਰ ਇਹ ਦੂਰੀਆਂ ਜਿਸਮਾਂ ਦੀਆਂ ਨੇ ਵੈਸੇ ਦਿਲ ਕਰਦਾ ਮੈਂ ਬਾਬਾ ਬੁੱਲੇ ਸ਼ਾਹ ਦੇ ਦਰਬਾਰ ਤੇ ਜਾਵਾਂ ਵਾਰ ਸ਼ਾਹ ਦੇ ਦਰਬਾਰ ਤੇ ਜਾਵਾਂ ਇਹ ਕਸੂਰ ਵੇਖਾਂ ਕਿਦਾਂ ਦਾ ਕਸੂਰ ਬਾਰੇ ਤਾਂ ਗੱਲ ਬੜੀ ਕਮਾਲ ਬਾਬਾ ਜੀ ਆਪ ਵੀ ਮੁਕਾ ਗਏ ਨੇ ਹਾਂਜੀ ਉਹਨਾਂ ਨੂੰ ਕਿਹਾ ਬਾਬਾ ਜੀ ਤੁਹਾਡਾ ਇਹ ਜਿਹੜਾ ਡੇਰਾ ਆ ਜਿੱਥੇ ਤੁਸੀਂ ਤੁਹਾਨੂੰ ਤੁਸੀਂ ਤੇ ਰਹਿੰਦੇ ਹੋ ਹੁਣ ਇਹ ਕਸੂਰੋਂ ਬਾਹਰ ਕਿਉਂ ਆ ਬਾਬਾ ਜੀ ਨੇ ਜਵਾਬ ਦਿੱਤਾ ਪਤਾ ਕੀ ਦਿੱਤਾ ਸੀ ਮੈਂ ਬੇਕਸੂਰ ਆ ਨਾ ਹਾਂ 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 ਕੀ ਬਾਤ ਕਸੂਰ ਜਾਣ ਲਈ ਕਸੂਰਵਾਰ ਹੋਣਾ ਜ਼ਰੂਰੀ ਹੈ ਵਾਹ ਜੀ ਵਾਹ ਬੇਕਸੂਰ ਬੰਦਾ ਕਸੂਰ ਨਹੀਂ ਜਾ ਸਕਦਾ ਵਾਹ 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 ਕੀ ਸੋਹਣੀ ਗੱਲ ਕਰਦੇ ਹੋ ਜੀ ਕਮਾਲ ਕਰਤਾ ਮੈਂ ਜੇ ਬੇਕਸੂਰ ਬੰਦੇ ਜਾ ਸਕਦੇ ਹੁੰਦੇ ਨਾ ਹਾਂ ਹਾਂ ਤਾਂ ਕਿੰਨੀ ਕੀ ਦੂਰ ਐ ਇੱਥੋਂ ਲਾਹੌਰ ਦੇ ਹੀ ਸੇ ਸੂਬੇ ਸੂਬੇ ਰ ਲਿਖੀ ਗੱਲ ਇੱਕ ਹੂੰ ਹੂੰ ਕਹਿੰਦਾ ਸ਼ਹਿਰ ਲਾਹੌਰੋਂ ਅੰਬਰਸਰ ਦਾ ਕਹਿੰਦਾ ਪੈਂਡਾ ਕਰਦੋ ਕਰਦਾ ਓਏ ਹਏ ਹਏ ਤੂੰ ਨਾ ਛੇੜ ਇਹਨਾਂ ਜ਼ਖਮਾਂ ਨੂੰ ਨਾ ਛੇੜ ਵੈਸੇ ਤੁਹਾਨੂੰ ਕੀ ਲੱਗਦਾ ਹੈ ਇਹ ਪੈਂਡਾ ਜਿਹੜਾ ਹੈ ਕਦੋਂ ਮੁਕੇਗਾ ਨਾ ਮੁੱਕੇ ਯਾਰ ਬੰਦਾ ਮੁੱਕ ਜੇ ਭਾਵੇਂ ਮੁੱਕ ਜੇ ਰੀਜ ਨਹੀਂ ਮੁਕਣੀ ਚਾਹੀਦੀ ਰੀਜ ਨਹੀਂ ਮੁਕਣੀ ਸਿੱਖ ਨਹੀਂ ਮੁਕਣੀ ਚਾਹੀਦੀ ਹਮ ਚਲੋ ਆਪਣੇ ਕਾਨੂੰਨ ਜਿਨ੍ਹਾਂ ਨੇ ਸੰਭਾਲਣੇ ਨੇ ਸੰਭਾਲਣਾ ਉਹਨਾਂ ਨੂੰ ਰਾਖੀ ਕਰਨ ਦਾ ਅਧਿਕਾਰ ਹੈ ਉਹਨਾਂ ਦੀ ਮਰਜ਼ੀ ਮਾਲਕ ਨੇ ਭਾਈ ਹਮ ਹਮ ਅਸੀਂ ਤਾਂ ਮਾਲਕ ਨਹੀਂ ਨਾ ਇਸ ਤੇ ਆਪਣੇ ਦਿਲ ਦੇ ਰਾਂਝੇ ਨੂੰ ਰਾਜ਼ੀ ਕਰਨਾ ਨਹੀਂ ਜਾਣ ਦੇਣਗੇ ਨਾ ਸਿੱਥੇ ਉੱਦ ਨੂੰ ਉਹ ਕਹਿੰਦੇ ਨਾ ਦਿਲ ਕੇ ਆਏ ਨੇ ਮੈਂ ਤਸਵੀਰੇ ਯਾਰ ਜਬ ਜਰਾ ਗਰਦਨ ਜੁਕਾਈ ਦੇਖ ਲਈ ਜ਼ਬਰਦਸਤ ਕੀ ਬਾਤ ਹੈ ਮੈਂ ਫਿਰ ਤੁਸੀਂ ਦਿਲ ਦੇ ਰਾਂਝੇ ਦੀ ਗੱਲ ਕੀਤੀ ਤੇ ਮੈਂ ਫਿਰ سوال ਜਿਹੜਾ ਹੈ ਪਾਰਟੀਸ਼ਨ ਦੇ ਬਾਰੇ ਕਰਵਾ। ਮੈਂ ਕਸੂਰ ਤੋਂ ਮਿੱਟੀ ਮੰਗਾ ਲਈਏ। ਵਾਹ। ਕਾਸਿਮ ਨਾਦਕ ਮੇਰਾ ਮਿੱਤਰ ਮੈਨੂੰ ਮਿਲਣ ਆਇਆ। ਹੂੰ। ਟੀਚਰ ਹੂੰ। ਮੈਨੂੰ ਕਿਹਾ ਤੁਹਾਡੇ ਲਈ ਕੀ ਲੈ ਕੇ ਆਵਾਂ? ਆਏ ਹਾਏ ਹਾਏ। ਕੀ ਬਾਤ ਹੈ। ਮੈਂ ਕਿਹਾ ਮੇਰੇ ਲਈ ਸਿਰਫ ਉਤੋਂ ਇੱਕ ਚੁਟਕੀ ਹੂੰ। ਵੱਧ ਨਾ ਲਈ। ਹੂੰ। ਚੁਟਕੀ ਮਿੱਟੀ ਦੀ ਲੈ ਕੇ ਆਵੀਂ। ਹੂੰ। ਮੈਂ ਆਪਣੇ ਕਿਸੇ ਸਾਂਝੇ ਥਾਂ ਦੇ ਉੱਤੇ ਉਸ ਮਿੱਟੀ ਨੂੰ ਖਿਲਾਰ ਦਿਆਂਗਾ। ਹਾਂ ਹਾਂ। ਮੈਂ ਜਦੋਂ ਪੀਪਲ ਬੰਤ ਲੈ ਕੇ ਜਾਵਾਂਗਾ। ਕੀ ਬਾਤ। ਲੁਧਿਆਣੇ ਦੇ ਵਿੱਚ। ਹਮਮ। ਉਸ ਵਿੱਚ ਉਹਨੂੰ ਧੂੜ ਦਿਆਂਗਾ। ਹਮਮ। ਵੀ ਬਾਬਾ ਹੁਣ ਇੱਥੇ ਰਿਆ ਕਰ। ਹਮ। ਕੀ ਆ। ਮੇਰੇ ਬਾਬੇ ਦੀਆਂ ਪੈੜਾਂ ਨੇ ਉੱਥੇ ਯਾਰ ਉਸ ਧਰਤੀ ਤੇ। ਕੀ ਬਾਤ। ਯਾਰ। ਨਾ ਸੀ। ਹਮਮ। ਤੁਸੀਂ ਦਿਲ ਦੀ ਰਾਜੇ ਦੀ ਗੱਲ ਕੀਤੀ। ਕੀ ਇਹ ਹੋ ਸਕਦਾ ਵਾ ਕਿ ਤੁਸੀਂ ਹੁਣ ਇੰਨੇ ਲਾਗੇ ਆਏ ਹੋ। ਔਰ ਅੱਜ ਆਪਾਂ ਪਹਿਲੇ ਵੀ ਗੱਲ ਕੀਤੀ। ਤੁਸੀਂ ਆਪਣੇ ਪਿੰਡ ਨਹੀਂ ਜਾ ਸਕੀਏ ਤੁਸੀਂ ਨਨਕਾਣਾ ਸਾਹਿਬ ਨਹੀਂ ਜਾ ਸਕੀਏ ਤੁਹਾਨੂੰ ਬੰਦਿਸ਼ਾਂ ਨੇ ਜਿਹੜਾ ਹੈ ਉਹ ਰੋਕ ਦਿੱਤਾ ਹੈ। ਕੀ ਇਹਦੀ ਨਾਲ ਤੁਹਾਡਾ ਰਾਂਝਾ ਜਿਹੜਾ ਹੈ ਉਹ ਦਿਲ ਦਾ ਜਿਹੜਾ ਰਾਂਝਾ ਹੈ। ਮੈਂ ਪਿਛਲੇ ਪੰਜਾਂ ਦਿਨਾਂ ਦਾ ਬਾਬੇ ਨਜ਼ਮੀ ਦੇ ਨਾਲ ਫਿਰਦਾ। ਹਾਂ। ਬਾਬੇ ਦਾ ਇੱਕ ਸ਼ੇਰ ਹੈ ਕਿ ਹੁੱਕਣ ਵਾਲੇ ਉਗ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ। ਵਾਹ ਜੀ ਵਾਹ ਵਾਹ ਜੀ। ਮਿੱਤਰਾ ਮੇਰੇ ਖੰਭਰ ਰस्सियां ਬੰਨ ਕੇ ਤੁਸੀਂ ਮੇਰੇ ਸੁਪਨੇ ਨੂੰ ਉੱਡਣ ਤੋਂ ਰੋਕ ਨਹੀਂ ਸਕਦੇ। ਵਾਹ ਵਾਹ ਵਾਹ। ਤੇਨੂੰ ਕੀ ਪਤਾ ਮੈਂ ਸਵੇਰ ਦਾ ਕਿੰਨੀ ਵਾਰ ਨਰਕਨਾਲ ਸਾਹਿਬ ਜਾ ਆਇਆ ਹਾਏ ਹਾਏ ਕਿੰਨੀ ਵਾਰ ਜਾ ਕੇ ਮੈਂ ਭਾਈ ਦਾਇਆ ਸਿੰਘ ਨੂੰ ਵਾਜ ਗਲਵਕੜੀ ਪਾ ਚੁੱਕਿਆ ਹਾਂ ਕੀ ਬਾਤ ਤੈਨੂੰ ਕੀ ਪਤਾ ਮੈਂ ਕੇਰਾਂ ਸਾਹਿਬ ਕਿੰਨੀ ਵਾਰ ਜਾ ਆਇਆ ਲੀਲਾ ਕਿੰਨੀ ਵਾਰ ਜਾ ਆਇਆ ਹਾਏ ਹਾਏ ਤੇਰੇ ਮੈਂ ਕਿੱਦਾਂ ਦੱਸਾਂ ਕਿ ਉਸ ਬਗੀਚੇ ਦੇ ਵਿੱਚ ਮੈਂ ਆਪਣੇ ਆਪ ਨੂੰ ਬੈਠਿਆ ਪਾਇਆ ਹਾਂ ਕੀ ਬਾਤ ਤੇਰੇ ਕਿੱਦਾਂ ਦੱਸਾਂ ਕਿ ਮੈਂ ਭਾਈ ਲక్ష్మణ ਸਿੰਘ ਨਾਲ ਗੱਲਾਂ ਵੀ ਕਰ ਆਇਆ ਹਾਏ ਹਾਏ ਝੰਡਾ ਥੱਲੇ ਬੈਠ ਕੇ ਕੀ ਬਾਤ ਇਹਨੂੰ ਕਿੱਦਾਂ ਦੱਸਾਂ ਕਿ ਭਾਈ ਦਲੀਪ ਸਿੰਘ ਮੈਨੂੰ ਕੀ ਕਹਿੰਦਾ ਸੀ? ਯਾਹ ਜ਼ਬਰਦਸਤ। ਸਰੀਰ ਇੱਥੇ ਆ ਪਾਕ ਹੈਰੀਟੇਜ ਹੋਟਲ ਦੇ ਬਾਹਰ ਸਰੀਰ ਨਹੀਂ ਜਾ ਸਕਦਾ, ਮਨ ਤੇ ਜਾ ਸਕਦਾ। ਕੀ ਬਾਤ। ਧਰਤੀ ਦੀ ਕੋਈ ਤਾਕਤ ਨਹੀਂ ਜਿਹੜੇ ਮੇਰੇ ਮਨ ਨੂੰ ਰੋਕ ਸਕੇ ਕਿ ਤੂੰ ਚਿਤਵ ਨਹੀਂ ਸਕਦਾ। ਤੁਸੀਂ ਕੀ ਸਮਝਦੇ ਹੋ ਕਿ ਸੰਤਾਲੀ ਦਾ ਉਜਾੜਾ ਜੋ ਕੁਝ ਹੋਇਆ, ਕਿਉਂ ਠੀਕ ਹੋਇਆ? ਵੇਖੋ ਜਿਹੜੀਆਂ ਉਸ ਵਕਤ ਦੀਆਂ ਹਕੀਕਤਾਂ ਨੇ ਉਹਨਾਂ ਦੇ ਰੂਪ ਰੂਪ ਖਲੋਤਿਆਂ ਦਾ ਇਹੀ ਲੱਗਦਾ ਕਿ ਇਹ ਇਦਾਂ ਹੀ ਹੋਣਾ ਸੀ। ਜੋ ਟੂ ਨੇਸ਼ਨ ਥਿਉਰੀ ਵਾਲੀ ਗੱਲ ਸੀ ਉਹਦੇ ਮੁਤਾਬਕ ਤਾਂ ਇਸ ਤਰ੍ਹਾਂ ਹੋਣਾ ਸੀ। ਪਰ ਉਹਦੇ 'ਚ ਇਸ ਕਿਸਮ ਦਾ ਝੱਲ ਜਿਹੜਾ ਖਿਲਾ ਰਿਆ ਸੀ ਸਾਰਿਆਂ ਨੇ ਰਲ ਕੇ ਉਹ ਗੈਰ ਕੁਦਰਤੀ ਵਰਤਾਰਾ ਹੈ। ਜਿਹੜੇ ਅਸੀਂ ਜਾਨਵਰ ਬਣ ਗਏ। ਜਿਹੜਾ ਅਸੀਂ ਪਸ਼ੂ ਬਣ ਕੇ ਦਰਿੰਦੇ ਬਣ ਗਏ। ਜਾਨਵਰ ਜਾਨਵਰ ਨੂੰ ਜ ਜਾਨਵਰ ਨਾਲ ਬੋਲ ਸਕਦਾ ਉਹ ਸਾਡੇ ਗੱਲ ਪੈ ਜੇ। ਸਾਨੂੰ ਤੁਸੀਂ ਇੰਨਾ ਘਟਿਆ ਕਿਉਂ ਕਹਿੰਦੇ ਹੋ? ਉਹ ਜਾਨਵਰ ਤਾਂ ਵੀ ਕਾਹ ਚੰ ਕੰਦਰਿੰਦੇ ਸੀ ਅਸੀਂ ਹੂੰ ਤੇ ਖੂਨ ਦੇ ਪੈਸੇ ਕੋਈ ਜਾਨਵਰ ਖੂਨ ਨਹੀਂ ਪੀਂਦਾ ਹੂੰ ਹੂੰ ਤੇ ਖੂਨ ਪੀਤਾ ਹਾਏ 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 ਕੋਈ ਜਾਨਵਰ ਆਪਣੇ ਬੱਚੇ ਨੂੰ ਘਾਟਾ ਲਾ ਕੇ ਖੂਚ ਨਹੀਂ ਛੱਡਦਾ ਅਸੀਂ ਆਪਣੇ ਧੀਆਂ ਦੇ ਗੜ ਲਾ ਲਾ ਕੇ ਮੈਂ ਅਸੀਂ ਤਿੰਨ ਬੰਦੇ ਜਾਣਦਾ ਜਿਹਨਾਂ ਆਪਣੇ ਦੋ ਦੋ ਤਿੰਨ ਦਿਨ ਧੀਆਂ ਖੂਚ ਛੁੱਟੀਆਂ ਕਿ ਇਹਦੀ ਪਤਣਾ ਲੁੱਟੀ ਜਾਵੇ ਹੂੰ ਤੇ ਜਦੋਂ ਮੈਂ ਕਹਾਣੀਆਂ ਸੁਣਦਾ ਲਵਲੀ ਉਹ ਤੂੰ ਨਹੀਂ ਸੁਣੀਆਂ ਹੋਣੀਆਂ ਜਿਹੜੀਆਂ ਮੈਂ ਸੁਣੀਆਂ ਨੇ ਹਾਂ ਤੁਸੀਂ 1000 ਕਰੀਬ ਫੈਮਲੀਜ਼ ਇੰਟਰਵਿਊ ਕਰ ਚੁੱਕੇ ਹੋ ਪਰ ਜਿਹੜੀ ਪੀੜਾ ਮੈਂ ਦੱਸਣ ਲੱਗਿਆ ਉਹ ਸੁਣ ਲਈ ਕੰਨ ਖੋਲ ਕੇ ਹਮ ਸਦਾ ਕੁਲੋਂ ਸਿੰਘ ਵਰਕ ਫੁੱਲਰਮਨ ਵਾਲੇ ਉਹ ਲਾਈਜਾਫ 47 ਚ ਸਿੱਖਾਂ ਦੀਆਂ ਧੀ ਜਿਹੜੀ ਇੱਧਰ ਰਹਿ ਜਾਂਦੀ ਸੀ ਉਹਨਾਂ ਨੂੰ ਪੰਜਾਬ ਲੈ ਜਾਣ ਦੀ ਉਹਦੇ ਜਿੰਮੇਵਾਰੀ ਸੀ ਹਮ ਹਮ ਇਸੇ ਤਰ੍ਹਾਂ ਨਾਲ ਇੱਧਰ ਦੇ ਲੋਕਾਂ ਦੀ ਡਿਊਟੀ ਸੀ ਉਹਨਾਂ ਪਿੰਡਾਂ ਚੋਂ ਮੁਸਲਮਾਨ ਤਿਆਂ ਨੂੰ ਲੱਭ ਕੇ ਲਿਆਉਣਾ ਹਮ ਸਮਾਂ ਪੈ ਚੁੱਕਿਆ ਸੀ 6-7 ਮਹੀਨੇ ਪੈ ਚੁੱਕੇ ਸੀ ਹਮ ਜਿਹੜੀਆਂ ਮੁਸਲਮਾਨ ਪਰਿਵਾਰਾਂ ਦੇ ਕਬਜ਼ੇ ਵਿੱਚ ਸਿੱਖ ਧੀਆਂ ਸੀ ਉਹ ਵੀ ਪ੍ਰੈਗਨੈਂਟ ਹੋ ਚੁੱਕੀਆਂ ਸੀ ਗਰਭਤੀ ਹੋ ਚੁੱਕੀਆਂ ਸੀ ਜਿਹੜੀਆਂ ਮੁਸਲਿਮ ਪਰਿਵਾਰਾਂ ਦੇ ਸਿੱਖ ਪਰਿਵਾਰਾਂ ਦੀਆਂ ਧੀਆਂ ਸੀ ਉਹ ਸਿੱਖ ਘਰਾਂ ਦੇ ਵਿੱਚ ਪ੍ਰੈਗਨੈਂਟ ਹੋ ਚੁੱਕੀਆਂ ਸੀ ਜਦੋਂ ਲੱਭ ਕੇ ਉਹਨਾਂ ਨੂੰ ਬਾਰਡਰ ਤੇ ਲਿਆਉਂਦੇ ਸੀ ਤੇ ਉਹਦੇ ਅਨਾਉਂਸਮੈਂਟ ਕਰਦੇ ਸੀ ਫਰਜ਼ ਕਰੋ ਕਿ ਉਧਰੋਂ ਆਈ ਤੀ ਇਹ ਅਨਾਉਂਸਮੈਂਟ ਹੋ ਰਹੀ ਹੈ ਬਰਕਤੇ ਧੀ ਦਾ ਨਾਂ ਹੈ ਹਮ ਬਾਬਲ ਰਾਇਤ ਅਲੀ ਹਮ ਸਕਨਾ ਫਰਾਣਾ ਧੀ ਸਾਹਮਣੇ ਖਲੋਤੀ ਹੈ ਮਾਂ ਤੇ ਬਾਪ ਉਹਦਾ ਵਧਿਆ ਪੇਟ ਵੇਖ ਕੇ ਇਨਕਾਰ ਕਰ ਰਹੇ ਨੇ ਸਾਡੀ ਧੀ ਨਹੀਂ ਹੋਏ 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 ਉਹ ਡਾਡਾ ਮਾਰ ਰਹੀ ਹੈ ਰੋ ਰਹੀ ਹੈ ਕੁਰਲਾ ਰਹੀ ਹੈ ਬਾਬਲਾ ਕਿਉਂ ਮੁਕਰਦਾ ਹੈ ਮਾਂ ਕਿਉਂ ਮੁਕਰਦੀ ਹੈ ਮੈਂ ਤੇਰੀ ਧੀ ਆ ਮੈਂ ਤੇਰੀ ਵਰਕਤੇ ਆ ਉਧਰੋਂ ਇਧਰੋਂ ਉਤਰ ਜਾਣ ਵਾਲੀਆਂ ਕੋਈ ਹਰਬੰਸ ਕੌਰ ਕੋਈ ਪ੍ਰੀਤਮ ਕੌਰ ਹੂੰ ਉਸੇ ਰੂਪ ਦੇ ਵਿੱਚ ਹੀ ਉਧਰ ਮੱਖਣ ਸਿੰਘ ਸੁਲੱਖਣ ਸਿੰਘ ਜਾਂ ਕੋਈ ਵੀ ਜਿਹੜਾ ਬਾਬਲ ਹੈ ਹੂੰ ਉਹ ਵੇਖ ਕੇ ਇਨਕਾਰ ਕਰ ਰਿਹਾ ਕਿ ਸਾਡੀ ਧੀ ਹੀ ਹੈ ਹੈ ਔਰ ਔਰੀ ਕੁਰਲਾਰੀ ਡਾਡਾ ਮਾਰ ਰਹੀ ਏ ਚੀਕ ਰਹੀ ਏ ਬਾਪੂ ਤੈਨੂੰ ਕੀ ਹੋ ਗਿਆ ਮਾਂ ਤੂੰ ਇੰਨੀ ਹੰਸੀਆਰੀ ਕਿਉਂ ਹੋ ਗਈ ਹੈ ਤੂੰ ਮੈਨੂੰ ਤੂੰ ਮੈਨੂੰ ਹੱਕ ਨਾ ਲਾ ਲੈ ਤੂੰ ਸੋਚ ਜਰਾ ਯਾਰ ਉਹ ਕਿਦਾਂ ਕਿਹੜਾ ਕਿੰਨਾ ਭਾਰ ਲੈ ਕੇ ਪਰਤੀਆਂ ਹੁਣ ਗਿਆ ਉਹਨਾਂ ਥਾਵਾਂ ਨੂੰ ਜਿੱਥੇ ਰਹਿਣਾ ਨਹੀਂ ਸੀ ਚਾਹੁੰਦੀਆਂ ਹਾਏ ਹਾਏ ਇਹ ਜਦੋਂ ਮੈਂ ਗੱਲਾਂ ਕੋਲਾਂਸੇ ਬਿਰਕ ਜੀ ਤੋਂ ਸੁਣੀਆ ਕਿ ਮੋਣ ਕਲੋਹਰਨ ਸੁਣੇ ਜਿਹਨਾਂ ਨਾਵਲ ਲਿਖੇ ਨੇ ਇਹਨਾਂ ਗੱਲਾਂ ਦੇ ਉੱਤੇ ਮੈਂ ਕਈ ਦਿਨ ਨਾਰਮਲ ਨਹੀਂ ਰਹਿ ਸਕਿਆ ਕਈ ਦਿਨ ਨਾਰਮਲ ਵਿੱਚ ਹੀ ਰਹਿ ਸਕਿਆ ਕਈ ਦਿਨ ਹਾਂ 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 ਹੁਣ ਵੀ ਇਸ ਗੱਲ ਨੂੰ ਸੁਣਾਉਣ ਤੋਂ ਬਾਅਦ ਵੀ ਮੈਂ ਸੰਭਲਣ ਵਾਸਤੇ ਮੈਨੂੰ ਕਾਫੀ ਵਕਤ ਚਾਹੀਦਾ ਹੈ ਉਹ ਮੇਰੀਆਂ ਕੁਛ ਨਹੀਂ ਲੱਗਦੀਆਂ ਹਾਂ 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 ਪਰ ਸਾਰਾ ਕੁਝ ਲੱਗਦੀਆਂ ਸੀ ਹਾਂਜੀ ਧਰਤੀਆਂ ਦੀਆਂ ਸੀ ਹਾਂਜੀ ਅਸੀਂ 47 ਦੇ ਵਿੱਚ ਜੋ ਕੁਝ ਹੋਇਆ ਉਹਦੇ ਕਿਧਰੇ ਦਾ ਕਿਧਰੇ ਜ਼ਿੰਮੇਦਾਰ ਅਸੀਂ ਸਾਂ ਜਾਂ ਨਹੀਂ ਸਾਂ ਜਾਂ ਅਸੀਂ ਵੇਖੀ ਵੀ ਹੈ ਅਸੀਂ ਨਹੀਂ ਵੀ ਵੇਖੀ ਅੱਜ ਦੇ ਦਿਨ ਤੁਸੀਂ ਇੱਕ ਆਮ ਬੰਦੇ ਨੂੰ ਇੱਕ ਆਮ ਇਨਸਾਨ ਨੂੰ ਤੁਹਾਡੇ ਰਾਹੀਂ ਤੁਸੀਂ ਇੱਕ ਸੂਜਵਾਨ ਹੋ ਇੱਕ ਲੇਖਕ ਹੋ ਤੁਸੀਂ ਕੀ ਅਸੀਂ ਐਸਾ ਕੀ ਕਰ ਸਕਦੇ ਹਾਂ ਕਿ ਦੋਵਾਂ ਦੇਸ਼ਾਂ ਦੇ ਵਿੱਚ ਦੋਵਾਂ ਭਰਾਵਾਂ ਦੇ ਵਿਚਕਾਰ ਅਸੀਂ ਅਮਨ ਮੁਹੱਬਤ ਤੇ ਭਾਈਚਾਰੇ ਨੂੰ ਵਧਾ ਸਕੀਏ ਜਿਵੇਂ ਆਪ ਹੀ ਜ਼ਰਰ ਨਰਮ ਸੁਟਿਏ ਤੇ ਇਹ ਵੀ ਕੰਟਰੀਬਿਊਸ਼ਨ ਹੈ ਆਪਣੀ ਕਲਮ ਨੂੰ ਮਨੁੱਖ ਦੇ ਵਿਕਾਸ ਵਾਸਤੇ ਤੋਰੀਏ ਇਹ ਵੀ ਮਨੁੱਖ ਦੇ ਵਿੱਚ ਹਿੱਸਾ ਪਾਉਣ ਦੇ ਬਰਾਬਰ ਹੈ ਵਾਹ ਇੱਕ ਜੰਗਲ ਨੂੰ ਅੱਗ ਲੱਗੀ ਹੋਈ ਸੀ ਬੜੀ ਆਮ ਸਧਾਰਨ ਜੀ ਲੋਕ ਕਥਾ ਹੈ ਹਰ ਬੰਦਾ ਸੁਣਾਉਂਦਾ ਤੇ ਕਿੜੀ ਕਿਸੇ ਪਾਣੀ ਵਾਲੀ ਥਾਂ ਤੋਂ ਖੰਭ ਪੀਉਂਦੀ ਸੀ ਜੰਗਲ ਦੇ ਉੱਤੇ ਟੱਪ ਕੇ ਜੰਗਲ ਦੇ ਉੱਤੇ ਆਪਣਾ ਪਾਣੀ ਖੰਭ ਛੰਡ ਕੇ ਪਾਣੀ ਪੌਂਦੀ ਸੀ ਤੇ ਅੱਗੇ ਤੁਰ ਜਾਂਦੀ ਸੀ ਕਿਸੇ ਨੇ ਪੁੱਛਿਆ ਚਿੜੀਏ ਨਹੀਂ ਜਿਹੜੀ ਏ ਤੇਰੇ ਇਦਾਂ ਕਰਨ ਨਾਲ ਬੜਾ ਜੰਗਲ ਜਾਗ ਬੁੱਝੂ ਆਹਹ ਪਰ ਇਹ ਜਵਾਬ ਦਿੱਤਾ ਸੀ ਲਵਲੀ ਉਹੀ ਜਵਾਬ ਮੈਂ ਤੁਹਾਨੂੰ ਦੇ ਰਿਹਾ ਹੂੰ ਮੈਨੇ ਆਖਿਆ ਮੈਨੂੰ ਪਤਾ ਹੈ ਮੇਰੇ ਇੰਨੇ ਪਾਣੀ ਨਾਲ ਜੰਗਲ ਜਾਗ ਨਹੀਂ ਬੁੱਝਣ ਲੱਗੀ ਪਰ ਜਦੋਂ ਜੰਗਲ ਸੜਨ ਤੋਂ ਬਾਅਦ ਲੇਖਾ ਜੋਖਾ ਹੋਏਗਾ ਤਾਂ ਅੱਗ ਲਾਉਣ ਵਾਲਿਆਂ ਦੀ ਜਦੋਂ ਨਿਸ਼ਾਨਦੇਹੀ ਹੋਏਗੀ ਉਹਨਾਂ 'ਚ ਮੇਰਾ ਨਾਮ ਨਹੀਂ ਹੋਏਗਾ। ਕੀ ਬਾਤ! ਕੀ ਬਾਤ! ਕੀ ਬਾਤ! ਇਹ ਨਾਨਕ ਸਿੰਘ ਨਾਵਲ ਕਰਦੀ ਗੱਲ ਮੈਂ ਐਕਸਟ ਕੋਟ ਕਰਦਾ ਉਹਨਾਂ ਦਾ। ਹੂੰ ਹੂੰ। ਕਿਸੇ ਨੇ ਆਖਿਆ ਵੀ ਨਾਨਕ ਸਿੰਘ ਜੀ ਤੁਸੀਂ ਇੰਨੇ ਸੁਧਾਰਵਾਦੀ ਨਾਵਲ ਲਿਖੇ ਨੇ। ਹੂੰ। ਸਵੈ-ਆਜ ਦਾ ਸੁਧਾਰ ਤਾਂ ਹੋਇਆ ਕੋਈ ਨਹੀਂ। ਉਹਨਾਂ ਦਾ ਜਵਾਬ ਜਦ ਜ਼ਬਰ ਕਮਾਲ ਦਾ ਜਵਾਬ ਸੀ। ਹੂੰ। ਉਹ ਕਹਿੰਦੇ ਵੀ ਤੇਰੀ ਘਰ 'ਚ ਮਾਂ ਹੋਏਗੀ, ਗਦਾ ਹੈਗੀ ਹੈ। ਪੈਣ ਹੋਏਗੀ ਕਿਤੇ ਹੈਗੀ ਹੂੰ ਕਿ ਤੇ ਤੁਹਾਡੇ ਘਰ ਦੇ ਵਿੱਚ ਝਾੜੂ ਵੀ ਲਾਉਂਦੀ ਹੋਏਗੀ ਹੂੰ ਰੋਜ਼ ਲਾਉਂਦੀ ਹੈ ਕੂੜਾ ਵੀ ਨਿਕਲਦਾ ਹੋਏਗਾ ਕਿਤੇ ਰੋਜ਼ ਨਿਕਲਦਾ ਕਈ ਤਾਂ ਤੁਸੀਂ ਸੋਚ ਕੇ ਜੇ ਉਹ ਝਾੜੂ ਬਹਾਰੀ ਨਾ ਕਰਨ ਤੁਹਾਡੇ ਘਰ ਦਾ ਹਾਲ ਕੀ ਹੋਏਗਾ ਵਾਹ ਵਾਹ ਬਸ ਇੰਨੀ ਕੀ ਗੱਲ ਹੈ ਮਿੱਤਰਾ ਜਿਹੜਾ ਸਮਾਂ ਸਾਨੂੰ ਮਿਲਿਆ ਅਸੀਂ ਤਾਂ ਭਾਈ ਕਿਨੇ ਜੀ ਉਲਾਦਾ ਵਾਹ ਜੀ ਇਸ ਤਾਂ ਮਸ਼ਕ ਲੈ ਕੇ ਪਾਣੀ ਪਉਣਾ ਪਉਣਾ ਤੁਰਨੇ ਤੁਰਨੇ ਸ਼ਬਦ ਨੂੰ ਹਥਿਆਰ ਵਾਂਗ ਵਰਤਨੇ ਵਰਤਣਾ ਵਾਹ ਜੀ ਜਿਹੜਾ ਸੁਣ ਲਵੇ ਉਹਦਾ ਪਹਿਲਾ ਜਿਹੜਾ ਨਾ ਸੁਣੇ ਉਹਦਾ ਵੀ ਪਹਿਲਾ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਮੈਂ ਤੁਹਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਸਿੱਖੀਆਂ ਉਹਦੇ ਇਸ ਚੀਜ਼ ਦਾ ਵੀ ਮਾਣ ਹੈ ਕਿ ਮੈਂ ਤੁਹਾਡੇ ਨਾਲ ਬੈਠਾ ਨਹੀਂ ਮੇਰਾ ਨਿਕਾ ਵੀਰ ਹੈ ਯਾਰ ਤੇ ਨਾਸਿਰ ਹੋਵੇ ਤੂੰ ਹੋਵੇ ਮੈਂ ਤਾਂ ਤੂੰ ਕਿਤੇ ਲੱਗੇ ਹੀ ਨਹੀਂ ਵੀ ਕੋਈ 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 ਮੀਡੀਆ ਤੋਂ ਜਾਂ ਕਿਸੇ ਹੋਰ ਥਾਂ ਤੋਂ ਕੋਈ ਹੋਰ ਉਪਰੇ ਜੀਓ ਇੱਕ ਹੱਕ ਤੁਸੀਂ ਕਮਾਇਆ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਆਪਣਾ ਹੱਕ ਜਿਹੜਾ ਹੈ ਉਹ ਅਦਾ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਉਹ 47 ਦੀਆਂ ਗੱਲਾਂ ਵੀ ਅਸੀਂ ਕੀਤੀਆਂ ਔਰ 47 ਦਾ ਬੇਸ਼ੱਕ ਇਹਨਾਂ ਨੇ ਆਪਣੇ ਪਿੰਡੇ ਤੇ ਨਹੀਂ ਹੰਡਾਇਆ ਲੇਕਿਨ ਤੁਸੀਂ ਲਫ਼ਜ਼ਾਂ ਰਾਹੀਂ ਇਹਨਾਂ ਨੂੰ ਵੇਖਿਆ ਕਿ ਕਿਸ ਤਰ੍ਹਾਂ 47 ਦੀਆਂ ਉਹ ਸਾਰੀਆਂ ਵਾਕਿਆਤ ਜਿਹੜੇ ਨੇ ਉਹ ਅੱਜ ਵੀ ਐਸੇ ਹੀ ਇਹਨਾਂ ਦੀ ਜ਼ੁਬਾਨ ਤੋਂ ਲੱਗ ਰਿਹਾ ਸੀ ਕਿ ਉਹ ਵਾਕਿਆਤ ਸਾਰੇ ਇਹਨਾਂ ਨਾਲ ਹੀ ਹੋਏ ਨੇ ਸੋ ਇਸੇ ਹੀ ਇੱਕ ਇਲਤਜਾ ਨਾਲ ਇੱਕ ਰਿਕਵੈਸਟ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਕਿਹੋ ਜਿਹੇ ਜਿਹੜੇ ਲੋਕ ਆਣ ਜਿਹੜੇ ਲਖਾਰੀ ਆਉਣ ਉਹਨਾਂ ਨੂੰ ਘੱਟ ਤੋਂ ਘੱਟ ਆਪਣੇ ਪਿੰਡਾਂ ਤੱਕ ਨੰਨਕਾਣਾ ਸਾਹਿਬ ਤੱਕ ਪੰਜਾ ਸਾਹਿਬ ਤੱਕ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਜ਼ਰੂਰ ਹੋਣੇ ਚਾਹੀਦੇ ਨੇ ਜਿਹੜੀ ਸਾਡੀ ਰੈਲੇਵੈਂਟ ਅਥਾਰਟिटीज ਨੇ ਮੈਂ ਹਮੇਸ਼ਾ ਖੁੱਲੀ ਟੁੱਲੀ ਗੱਲ ਕਰਦਾ ਇਹਦੇ ਚ ਕੋਈ ਸ਼ਰਮਾਣਾ ਚ ਜਿਜਕਣੇ ਦੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਤਾਂ ਫਿਰ ਡਰਨਾ ਕਿਉਂ ਤੇ ਆਪਾਂ ਖੁੱਲੀ ਟੁੱਲੀ ਜਿਹੜੀ ਸਾਡੀ ਰੈਲੇਵੈਂਟ ਅਥਾਰਟिटीज ਨੇ ਮੇਰੀ ਉਹਨਾਂ ਅੱਗੇ ਹੀ ਇਲਤਜਾ ਹੈ ਕਿ ਜਿਹੜੇ ਆਈ ਵਿਟਨੈਸ ਨੇ ਗਵਾਹ ਨੇ ਉਨ੍ਹਾਂ ਦੀ ਗਿਣਤੀ 1 ਫੀਸਦ ਤੋਂ ਵੀ ਥੋੜੀ ਰਹਿ ਚੁੱਕੀ ਹੈ ਜਿਹੜੇ 1 ਕਰੋੜ ਉਸ ਵੇਲੇ ਮਹਜਰੀਨ ਸਨ ਜਿਨ੍ਹਾਂ ਦੇ ਘਰ-ਬਾਰ ਉਜਾੜ ਕੇ ਦੋਵੇਂ ਦੇਸ਼ ਬਣੇ ਅਜੋ ਲੋਕ ਆਪਣੇ ਘਰ-ਬਾਰ ਤੱਕ ਨਹੀਂ ਵੇਖ ਸਕਦੇ ਔਰ ਇਸੇ ਤਰ੍ਹਾਂ ਜਿਹੜੇ ਉਨ੍ਹਾਂ ਦੀ ਅਗਲੀ ਪੀੜ੍ਹੀ ਹੈ ਜਿਹੜੇ ਬਿਲਕੁਲ 47 ਦੇ ਲਾਗੇ-ਲਾਗੇ ਜਿਨ੍ਹਾਂ ਦੀ ਪੈਦਾਇਸ਼ ਹੋਈ ਉਹ ਬਹੁਤ ਕਰੀਬ ਤੋਂ ਇਸ ਚੀਜ਼ ਨੂੰ ਵੇਖਦੇ ਨੇ ਸੋ ਜਿਹੜੀ ਸਾਡੀਆਂ ਦੋਵੇਂ ਮਿਲਕਾਂ ਦੀਆਂ ਰੈਲੇਵੈਂਟ ਅਥਾਰਟिटीज ਨੇ ਉਨ੍ਹਾਂ ਅਗੇ ਇਲਤਜਾ ਹੈ ਰਿਕਵੈਸਟ ਹੈ ਦਰਖਾਸਤ ਹੈ ਕਿ ਜ਼ਰੂਰ ਇਹ ਹੋ ਜਾਏ ਲੋਕਾਂ ਨੂੰ ਆਪਣੇ ਪਿੰਡ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਵੇ ਨਾਲ ਦੇ ਨਾਲ ਜਿਹੜੇ ਸਾਡੇ ਧਾਰਮਿਕ ਅਸਥਾਨ ਨੇ ਗੁਰਦੁਆਰਾ ਸ੍ਰੀ ਜਨਮਸਥਾਨ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਹੈ ਜਾਂ ਹੋਰ ਗੁਰੂ ਘਰ ਨੇ ਉਹਨਾਂ ਤੱਕ ਜਾਣ ਵਾਸਤੇ ਇਹਨਾਂ ਲੋਕਾਂ ਲਈ ਜ਼ਿਆਦਾ ਤੋਂ ਜ਼ਿਆਦਾ ਆਸਾਨੀ ਦਿੱਤੀ ਜਾਵੇ ਇਹਦੇ ਨਾਲ ਹੀ ਮੈਂ ਆਪ ਸਭ ਤੋਂ ਇਜਾਜ਼ਤ ਚਾਹੁੰਦਾ ਮਿਲਦੇ ਹਾਂ ਕਿਸੇ ਐਸੇ ਹੀ ਬਜ਼ੁਰਗ ਦੇ ਨਾਲ ਕੋਈ ਐਸੇ ਹੀ ਲਿਖਾਰੀ ਦੇ ਨਾਲ ਜੋ ਇਸ ਸੁਸਾਇਟੀ ਲਈ ਇਸ ਸਮਾਜਰੇ ਲਈ ਸਭਿਆਚਾਰ ਲਈ ਕੰਮ ਕਰ ਦਿੰਦੇ ਨੇ ਇਜਾਜ਼ਤ ਚਾਹੁੰਦੇ ਹਾਂ ਜੀ ਰੱਬ ਰੱਖਾ